ਸਮਾਂ ਬਦਲਿਆ, ਸਮੇਂ ਦੇ ਤੌਰ ਬਦਲੇ। ਸਮਾਂ ਬਦਲਿਆ, ਸਮੇਂ ਦੇ ਤੌਰ ਬਦਲੇ। ਖੇਤਾਂ ਵਿੱਚ ਹਲ ਤੇ ਪਜਾਲੀ ਨਹੀਂ ਲੱਭਣੀ, ਐਸਾ ਯੁੱਗ ਮਸ਼ੀਨਰੀ ਦਾ ਆ ਗਿਆ ਏ। ਤੂੜੀ ਨਹੀਂ ਲੱਭਣੀ, ਪਰਾਲੀ ਨਹੀਂ ਲੱਭਣੀ, ਐਸਾ ਯੁੱਗ ਮਸ਼ੀਨਰੀ ਦਾ ਆ ਗਿਆ ਏ। ਤੂੜੀ ਨਹੀਂ ਲੱਭਣੀ, ਪਰਾਲੀ ਨਹੀਂ ਲੱਭਣੀ। ਛੰਨੇ ਕਹਿਹੇ ਦੇ ਬਜ਼ੁਰਗ ਕਹਿੰਦੇ ਨਹੀਂ ਦਿਸਦੇ, ਤੇ ਥੋੜੇ ਸਮੇਂ ਨੂੰ ਸਟੀਲ ਦੀ ਥਾਲੀ ਨਹੀਂ ਲੱਭਣੀ। ਨਹੀਂ ਉਹ ਲੱਭਣੀ ਕਾਕੇ ਨੂੰ ਉਹਦੀ ਮਾਸੀ, ਤੇ ਉਹਦੇ ਪਾਪੇ ਨੂੰ ਉਹਦੀ ਸਾਲੀ ਨਹੀਂ ਲੱਭਣੀ। ਲਓ ਜੀ, ਆਉਣ ਵਾਲੇ ਸਮੇਂ ਨੂੰ ਬਿਆਨ ਕਰਦੀਆਂ ਇਹਨਾਂ ਸਤਰਾਂ ਦੇ ਨਾਲ ਮੈਂ ਜਗਤਾਰ ਸਿੰਘ ਜੱਗੀ ਇੱਕ ਵਾਰ ਫਿਰ ਹਾਜ਼ਰ ਹਾਂ ਅੱਜ ਦਾ ਲਾਈਵ ਸ਼ੋਅ ਲੈ ਕੇ। ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਅਦਾਬ, ਸਲਾਮ, ਹੈਲੋ ਹੈ, ਤੇ ਨਾਲ ਨਾਲ ਬਹੁਤ ਬਹੁਤ ਨਿੱਘਾ ਸਵਾਗਤ ਜੈਨੂ ਜਲਵੇ ਜੱਗੀ ਦੇ ਵਿੱਚ। ਖਬਰਾਂ ਦੀ ਗੱਲ ਕਰੀਏ ਤਾਂ ਇੱਕ ਪੰਜਾਬ ਦੇ ਵਿੱਚ ਰਿਵਾਜ਼ ਜਿਹਾ ਹੀ ਬਣ ਗਿਆ। ਪੰਜਾਬ ਦੇ ਵਿੱਚ ਕੀ ਚਾਰ ਚੁਫੇਰੇ ਇਹ ਮਾਹੌਲ ਹੈ, ਜਿੱਧਰ ਮਰਜ਼ੀ ਦੇਖ ਲਓ ਕਿ ਪਹਿਲਾਂ ਤਾਂ ਠੋਕ ਕੇ ਕਿਸੇ ਦੀ ਬੇਇੱਜ਼ਤੀ ਕਰ ਦਿਓ, ਕੋਈ ਗਲਤ ਗੱਲ ਕਹਿ ਦਿਓ, ਕੋਈ ਕਿਸੇ ਦੇ ਖਿਲਾਫ ਕਹਿ ਦਿਓ, ਕੋਈ ਧਰਮ ਦੇ ਖਿਲਾਫ ਕਹਿ ਦਿਓ, ਅਤੇ ਬਾਅਦ ਦੇ ਵਿੱਚ ਇੱਕੋ ਲਫ਼ਜ਼ ਹੈਗਾ ਸੌਰੀ, ਮਾਫ਼ੀ ਮੰਗ ਲਓ, ਗੱਲ ਖਤਮ। ਇਹ ਇੱਕ ਨਵਾਂ ਟਰੈਂਡ ਪਿਛਲੇ ਸਮੇਂ ਤੋਂ ਸ਼ੁਰੂ ਹੋਇਆ ਪੰਜਾਬ ਦੇ ਵਿੱਚ, ਇਹ ਕਾਫ਼ੀ ਚੱਲ ਗਿਆ, ਕਾਫ਼ੀ ਚੱਲ ਗਿਆ ਕਿ ਪਹਿਲਾਂ ਕੋਈ ਗਲਤੀ ਕਰਕੇ ਮੁੜ ਕੇ ਸੌਰੀ ਕਹਿ ਦਿਓ, ਅਤੇ ਇੱਕ ਪ੍ਰਸਿੱਧੀ ਹਾਸਲ ਕਰਨ ਦਾ, ਮੈਂ ਸਮਝਦਾ ਸਸਤੀ ਅਤੇ ਘਟੀਆ ਸ਼ੋਹਰਤ ਹਾਸਲ ਕਰਨ ਦਾ ਇਹੋ ਜਿਹਾ ਟਰੈਂਡ ਜਿਹੜਾ ਪੰਜਾਬ ਦੇ ਵਿੱਚ ਚੱਲ ਪਿਆ। ਪਹਿਲਾਂ ਉਹ ਇੱਕ ਪੰਜਾਬੀ ਮਾਂ ਬੋਲੀ ਦੇ ਖਿਲਾਫ਼ ਜਿਹੜਾ ਬੰਦਾ ਬੋਲਿਆ ਸੀ ਪਟਿਆਲੇ, ਉਹਨੇ ਵੀ ਬਾਅਦ 'ਚ ਬੋਲੇ ਜੇ ਮੂੰਹ ਨਾਲ ਸੌਰੀ ਕਹਿਤਾ, ਅਤੇ ਹੁਣ ਇੱਕ ਸਾਡਾ ਗਾਇਕ ਜਿਹੜਾ ਹੈਗਾ, ਜਿਹੜਾ ਅਕਸਰ 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 ਕੰਟਰਾਵਰਸੀ 'ਚ ਰਹਿੰਦਾ, ਅਕਸਰ ਹੀ ਪਤਾ ਨਹੀਂ ਕੀ ਕਿਹੋ ਜਿਹੇ ਗਾਣੇ ਗਾਉਂਦਾ, ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ, ਨਿਆਣੇ ਕਿ ਸੁਣਦੇ ਬਹੁਤ ਹੈ, ਯੂਥ ਸੁਣਦੇ ਬਹੁਤ ਹੈ, ਔਰ ਮੈਨੂੰ ਸੱਚੀ ਸੌਂਹ ਲੱਗੇ ਮੈਨੂੰ ਉਹਦਾ ਇੱਕ ਵੀ ਗਾਣਾ ਨਹੀਂ ਚੇਤੇ। ਉਹਨੇ ਵੀ ਹੁਣ ਆਪਣੇ ਗੀਤ ਦੇ ਵਿੱਚ ਪੁੱਠਾ ਸਿੱਧਾ ਬੋਲ ਕੇ ਅਜੀਬੋ ਗਰੀਬ, ਅਤੇ ਮੈਨੂੰ ਲੱਗਦਾ ਉਹਦੇ ਗਾਣੇ ਚੱਲਣ ਨੂੰ ਹਟ ਗਏ ਸੀ। ਉਹਨੇ ਕਿਹਾ ਵੀ ਚਲੋ ਹੁਣ ਇੱਦਾਂ ਦਾ ਕੋਈ ਵਰਤ ਕੇ ਸ਼ਬਦ ਵਿੱਚ ਧਰਮ ਦੇ ਨਾਲ ਸੰਬੰਧਿਤ ਜਾਂ ਲੋਕਾਂ ਨੂੰ ਭੜਕਾਈਏ ਤਾਂ ਇੱਦਾਂ ਹੋਰ ਮਸ਼ਹੂਰ ਹੋਈਏ, ਤਾਂ ਉਹਨੇ ਵੀ ਬਾਅਦ 'ਚ ਸੌਰੀ ਮੰਗ ਲਈ ਜੀ। ਹੱਦ ਹੋ ਗਈ ਜੀ ਸੌਰੀ। ਇੱਕ ਪਹਿਲੇ ਸਮਿਆਂ ਦੇ ਵਿੱਚ ਮੁਆਫ਼ੀ ਬੰਦਾ ਛੇਤੀ ਮੰਗਦਾ ਨਹੀਂ ਸੀ, ਮੁਆਫ਼ੀ ਤਾਂ ਹੀ ਮੰਗਦਾ ਸੀ ਜੇ ਉਹਦੀ ਗਲਤੀ ਹੁੰਦੀ ਸੀ ਜਾਂ ਉਹਨੂੰ ਸੱਚੇ ਦਿਲੋਂ ਮੁਆਫ਼ੀ ਮੰਗਦਾ ਸੀ। ਅੱਜ ਕੱਲ੍ਹ ਹੁਣ ਕਈ ਜਿਹੜੇ ਸਿੰਗਰ ਹੈਗੇ ਨੇ, ਜਿਹੜੇ ਸਿੰਗਰ ਕਹਿ ਲਓ, ਕੋਈ ਵੀ ਪੋਲੀਟੀਕਲ ਲੀਡਰ ਕਹਿ ਲਓ, ਕੋਈ ਵੀ ਕਹਿ ਲਓ, ਉਹਨਾਂ ਦਾ ਕਈ ਵਾਰੀ ਮੁਆਫ਼ੀ ਜਿਹੜੀ ਪਹਿਲਾਂ ਰਿਕਾਰਡ ਕਰਾਉਂਦੇ ਹੈ ਉਹ ਬਿਆਨ ਉਹ ਦਿੰਦੇ ਨਹੀਂ, ਅਤੇ ਉਦੋਂ ਬਾਅਦ ਉਹ ਮਾਫ਼ੀ ਵਾਲਾ ਪਹਿਲਾਂ ਬਿਆਨ ਆ ਜਾਂਦਾ ਹੈ। ਸਾਡੇ ਵੀ ਸਿੰਗਰ ਭਰਾ ਇੱਦਾਂ ਦੇ ਹੈਗੇ ਜਿਹੜੇ ਪੱਤਰਕਾਰ ਜਿਹੜੇ ਵਿਖੇ ਹੋਏ ਨੇ ਜਾਂ ਪੱਤਰਕਾਰਾਂ ਦੇ ਲੀਡਰਾਂ ਦੇ ਪੱਤਰਕਾਰ ਵਿਖੇ ਨੇ, ਕਈ ਵਾਰੀ ਇੱਦਾਂ ਵੀ ਹੋ ਜਾਂਦਾ। ਸਾਡੇ ਇੱਕ ਅਸੀਂ ਪ੍ਰੋਗਰਾਮ 'ਤੇ ਗਏ ਤਾਂ ਪਹਿਲਾਂ ਹੀ ਰਿਪੋਰਟ ਲਿਖ ਕੇ ਦੇ ਗਿਆ ਵੀ ਫਲਾਣੇ ਸੱਭਿਆਚਾਰਕ ਮੇਲੇ ਵਿੱਚ ਫਲਾਣੇ ਕਲਾਕਾਰ ਨੇ ਰੰਗ ਬੰਨੇ, ਆਹਾ ਗਾਣੇ ਗਾਏ, ਆਹਾ ਇਹ ਹੋਇਆ, ਆਹਾ ਉਹ ਹੋਇਆ। ਅਤੇ ਉਦੋਂ ਉਹਨਾਂ ਸਮੇਂ 'ਚ ਫੋਨ ਹੁੰਦੇ ਨਹੀਂ ਸੀ, ਕਾਫ਼ੀ ਪੁਰਾਣੀ ਗੱਲ ਹੈ। ਹੋਇਆ ਕਿ ਪ੍ਰੋਗਰਾਮ ਕਿਸੇ ਕਾਰਨ ਕਰਕੇ ਕੈਂਸਲ ਹੋ ਗਿਆ, ਪ੍ਰੋਗਰਾਮ ਹੋਇਆ ਹੀ ਨਹੀਂ, ਅਤੇ ਅਗਲੇ ਦਿਨ ਅਖਬਾਰ ਦੇ ਵਿੱਚ ਖਬਰ ਲੱਗੀ ਹੋਈ ਫਲਾਣੇ ਗਾਇਕ ਨੇ ਰੰਗ ਬੰਨਿਆ, ਆਹਾ ਗੀਤ ਗਾਏ, ਜੇ ਹੋਇਆ ਵੋ ਹੋਇਆ। ਇਹ ਹਾਲ ਸਾਡੇ ਮੁਲਕ ਦਾ, ਇਹ ਹਾਲ ਸਾਡੇ ਵਿਕੇ ਹੋਏ ਜਾਂ ਟੁਕੜਿਆਂ 'ਤੇ ਪੜਨ ਵਾਲੇ ਮੀਡੀਆ ਦਾ ਹੈਗਾ ਵੀ ਖਬਰ ਪਹਿਲਾਂ ਬਣਾ ਕੇ ਰੱਖ ਲੈਂਦੇ ਆ, ਬਾਅਦ ਦੇ ਵਿੱਚ ਕਈ ਵਾਰੀ ਹੁੰਦੀ ਨਹੀਂ ਹੈਗੀ। ਇਸੇ ਤਰ੍ਹਾਂ ਇਹ ਸੌਰੀ ਵਾਲਾ ਜਿਹੜਾ ਰਿਵਾਜ਼ ਚੱਲਿਆ, ਇਹ ਬਹੁਤ ਮੰਦਭਾਗਾ ਪੰਜਾਬ ਵਾਸਤੇ, ਪੰਜਾਬ ਵਾਸਤੇ ਕਾਹਦਾ ਮੰਦਭਾਗਾ, ਲੀਡਰਾਂ ਵਾਸਤੇ ਕਾਹਦਾ ਮੰਦਭਾਗਾ, ਉਹਨਾਂ ਨੂੰ ਪ੍ਰਸਿੱਧੀ ਮਿਲ ਜਾਂਦੀ ਹੈ। ਮੰਦਭਾਗਾ ਇਹ ਹੈਗਾ ਸਾਡੇ ਵਾਸਤੇ, ਤੁਹਾਡੇ ਵਾਸਤੇ। ਖੈਰ, ਫੇਸਬੁੱਕ ਡਾਕੀਏ ਨੂੰ ਲਿਆਉਣ ਤੋਂ ਪਹਿਲਾਂ ਸਾਡੇ ਜਿਹੜੇ ਦਰਸ਼ਕ ਨੇ, ਅਕਸਰ ਉਹਨਾਂ ਦੀ ਡਿਮਾਂਡ ਹੁੰਦੀ ਸੀ ਵੀ ਜਿੰਮੀ ਦੀ ਜਦੋਂ ਗੱਲ ਕਰੀਦੀ ਸੀ, ਜਿੰਮੀ ਨੂੰ ਜਦੋਂ ਅਸੀਂ ਕਿਤੇ ਪ੍ਰੋਗਰਾਮ 'ਤੇ ਵੀ ਜਾਂਦੇ, ਬਾਹਰ ਫੀਲਡ ਦੇ ਵਿੱਚ ਵੀ ਜਾਂਦੇ ਹਾਂ, ਤਾਂ ਜ਼ਰੂਰ ਇਹ ਸਵਾਲ ਪੁੱਛਿਆ ਜਾਂਦਾ ਵੀ ਜਿੰਮੀ ਕੌਣ ਹੈ। ਜਿੰਮੀ ਕਦੇ ਦਿਖਾ ਤਾਂ ਦਿਓ, ਸ਼ਕਲ ਤਾਂ ਦਿਖਾ ਦਿਓ। ਜਿੰਮੀ ਮੁਲਤਾਨੀ ਇੰਨਾ ਮਸ਼ਹੂਰ ਹੋਇਆ, ਸਾਡਾ ਉੱਥੇ ਟੈਕਨੀਕਲ ਜਿਹੜਾ ਹੈਗਾ ਸਾਰਾ ਕੰਟਰੋਲ ਕਰਦਾ, ਉੱਥੇ ਦੇਖਦਾ ਜਿਹੜਾ ਜਦੋਂ ਲਾਈਵ ਕਰਦੇ ਹਾਂ, ਅਤੇ ਅੱਜ ਉਹ ਵੈਸੇ ਹੈ ਨਹੀਂ ਗਿਆ ਸਟੂਡੀਓ, ਅਤੇ ਉਹਦਾ ਬਰਥਡੇ ਹੈਗਾ ਪੰਜਾਬ ਦੇ ਹਿਸਾਬ ਨਾਲ ਦੇਖੀਏ ਤਾਂ ਅੱਜ ਹੋ ਗਿਆ, ਅਤੇ ਇੱਥੋਂ ਦੇ ਹਿਸਾਬ ਨਾਲ ਦੇਖੀਏ ਤਾਂ ਹੋਣ ਵਾਲਾ ਹੋਰ ਦੋ ਤਿੰਨ ਘੰਟੇ ਨੂੰ ਹੋ ਜਾਣਾ। ਸੋ ਮੈਂ ਤੁਹਾਨੂੰ ਦਿਖਾਉਣਾ ਜੀ, ਨਾਲੇ ਤਾਂ ਜਿੰਮੀ ਨੂੰ ਵਧਾਈਆਂ ਦਿੰਦੇ ਹਾਂ, ਅਤੇ ਨਾਲੇ ਤੁਹਾਨੂੰ ਜਿੰਮੀ ਸਾਹਿਬ ਦੀ ਫੋਟੋ ਦਿਖਾਉਂਦੇ ਹਾਂ, ਔਰ ਫੋਟੋ ਦੇਖੋ ਤਾਂ, ਔਰ ਜਿੰਮੀ ਮੁਲਤਾਨੀ ਸਾਹਿਬ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਤੁਹਾਡੇ ਜਨਮ ਦਿਨ ਦੀਆਂ, ਪਰਮਾਤਮਾ ਚੜ੍ਹਦੀ ਕਲਾ 'ਚ ਰੱਖੇ, ਅਤੇ ਅਗਲੇ ਜਨਮ ਦਿਨ ਤੋਂ ਪਹਿਲਾਂ ਜੇ ਤਿੰਨ ਨਹੀਂ ਤਾਂ ਘੱਟੋ ਘੱਟ ਦੋ ਜ਼ਰੂਰ ਹੋ ਜਾਓ ਤੁਸੀਂ, ਇਹ ਮੇਰੀ ਪਰਮਾਤਮਾ ਅੱਗੇ ਤੋਂ ਅਰਦਾਸ ਹੈਗੀ ਹੈ, ਔਰ ਇਹ
ਮੇਰੇ ਖਿਆਲ ਪਰਮਾਤਮਾ ਨੇ ਮੰਨੀ ਹੋਈ ਪਹਿਲਾਂ ਹੀ ਜਾਂ ਮੰਨ ਲੈਣੀ। ਖੈਰ ਬਹੁਤ ਬਹੁਤ ਮੁਬਾਰਕਾਂ। ਨਾਲ ਹੀ ਸਾਡੇ ਇੱਕ ਹੋਰ ਮਿੱਤਰ ਹੈਗੇ, ਇਹ ਵੀ ਸਬੱਬ ਬੜਾ ਅਜੀਬ ਜਾਂ ਚੰਗਾ ਸਬੱਬ ਬਣਿਆ ਹੈਗਾ ਕਿ ਪਿਓ ਅਤੇ ਪੁੱਤ ਦਾ ਬਰਥਡੇ ਇੱਕੋ ਤਰੀਕ ਨੂੰ, ਪਿਓ ਅਤੇ ਪੁੱਤ ਦਾ ਜਨਮਦਿਨ ਇੱਕੋ ਤਰੀਕ ਨੂੰ। ਬਹੁਤ ਘੱਟ ਇਹ ਚੀਜ਼ਾਂ ਹੁੰਦੀਆਂ ਕਿ ਇੱਕੋ ਦਿਨ ਪਿਓ ਅਤੇ ਪੁੱਤ ਜਨਮਦਿਨ ਮਨਾਉਂਦੇ ਨੇ। ਸਾਡੇ ਮਿੱਤਰ ਨੇ ਲੈਥਰੋਪ ਤੋਂ ਕਹਿ ਰਹੇ ਫਰੈਂਚ ਕੈਂਪ A&A ਇੰਟਰਨੈਸ਼ਨਲ ਪਾਰਕਿੰਗ ਟਰਮੀਨਲ ਜਿਹੜਾ ਹੈਗਾ, ਉਹਨਾਂ ਦੇ ਸੈਮ ਗਿੱਲ ਯਾਨੀ ਕਿ ਸੁਖਚੈਨ ਸਿੰਘ ਗਿੱਲ ਅਤੇ ਉਹਨਾਂ ਦੇ ਬੇਟੇ ਅਰਮਾਨ ਗਿੱਲ ਦਾ ਵੀ ਅੱਜ ਹੁਣ ਥੋੜ੍ਹੀ ਦੇਰ ਤੱਕ ਬਰਥਡੇ ਇੱਥੋਂ ਦੇ ਹਿਸਾਬ ਨਾਲ ਹੋ ਜਾਏਗਾ ਅਤੇ ਭਾਰਤ ਦੇ ਹਿਸਾਬ ਨਾਲ ਤਾਂ ਹੋ ਚੁੱਕਾ ਕਰਦਾ। ਸੋ ਅਸੀਂ ਸੈਮ ਗਿੱਲ ਸਾਹਿਬ ਅਤੇ ਅਰਮਾਨ ਗਿੱਲ ਸਾਹਿਬ ਦੋਨੋਂ ਪਿਓ ਪੁੱਤ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦੇ ਹਾਂ। ਬਹੁਤ ਬਹੁਤ ਸ਼ੁਭਕਾਮਨਾਵਾਂ ਚੜ੍ਹਦੀਆਂ ਕਲਾਂ 'ਚ ਰਹੋ ਹਮੇਸ਼ਾ। ਅਤੇ ਹੁਣ ਆਪਾਂ ਚੱਲਦੇ ਹਾਂ ਫੇਸਬੁੱਕ ਡਾਕੀਏ ਦੇ ਵੱਲ। ਕਈ ਵਾਰੀ ਫੋਟੋ ਇਹੋ ਜਿਹੀ ਖਿੱਚੀ ਜਾਂਦੀ ਹੈ ਅਤੇ ਕਈ ਵਾਰੀ ਕੁਦਰਤੀ ਇਹੋ ਜਿਹੀ ਫੋਟੋ ਕੋਈ ਖਿੱਚ ਲੈਂਦਾ ਜਾਂ ਮਿਲ ਜਾਂਦੀ ਹੈ ਜਾਂ ਕਈ ਢਾਹ ਭੰਨ ਕਰਕੇ ਬਣਾ ਵੀ ਦਿੰਦੇ ਨੇ। ਪਹਿਲੀ ਫੋਟੋ ਜਿਹੜੀ ਮੈਂ ਤੁਹਾਨੂੰ ਦਿਖਾਉਣ ਜਾ ਰਿਹਾ, ਇਹ ਫੋਟੋ ਦੇਖ ਕੇ ਇਹ ਨਹੀਂ ਪਤਾ ਲੱਗਦਾ ਇਹ ਬਾਂਦਰ ਦਾ ਬੱਚਾ ਇਹ ਬੁੜੀ ਦੇ ਜੂੜੇ 'ਚ ਕਿਵੇਂ ਘੁਸ ਗਿਆ। ਇਹ ਦੇਖੋ ਜੀ ਫੋਟੋ। ਔਰ ਇਹ ਵੈਸੇ ਮੈਂ ਜਦੋਂ ਧਿਆਨ ਨਾਲ ਫੋਟੋ ਦੇਖੀ, ਤੁਸੀਂ ਵੀ ਦੇਖੀ ਆ, ਉਹ ਤਾਂ ਲੱਗਦਾ ਵਿੱਚੋਂ ਬਾਂਦਰ ਦੇ ਬੱਚੇ ਨੇ ਨਿਕਾ ਜਿਹਾ ਮੂੰਹ ਜਿਹਾ ਕੱਢਿਆ ਹੋਇਆ ਜੂੜੇ 'ਚੋਂ। ਅਤੇ ਉਹ ਹੇਅਰ ਸਟਾਈਲ ਉਹਨੇ ਇਹੋ ਜਿਹਾ ਬਣਾਇਆ ਬੀਬੀ ਨੇ। ਅਤੇ ਖੈਰ ਹੇਅਰ ਸਟਾਈਲ ਜਿਹੜਾ ਤੁਹਾਨੂੰ ਦਿਖਾਇਆ ਬੜਾ ਵਧੀਆ, ਤੁਸੀਂ ਮੇਰੇ ਖਿਆਲ ਪਸੰਦ ਕਰੋਗੇ ਇਹ ਚੀਜ਼ਾਂ ਜਿਹੜੀਆਂ। ਅਤੇ ਅਗਲੀ ਫੋਟੋ ਜਿਹੜੀ ਦਿਖਾਉਂਦੇ ਹਾਂ, ਇਹਦੀ ਸਮਝ ਨਹੀਂ ਆਈ ਮੈਨੂੰ ਲਾਈਟਾਂ ਦੀ। ਮੈਂ ਬੜੇ ਧਿਆਨ ਨਾਲ ਲਾਈਟਾਂ ਸਾਰੀਆਂ ਦੇਖੀਆਂ ਵੀ ਇਹ ਲਾਈਟਾਂ ਹੈ ਕਿਹੜੀਆਂ ਅਤੇ ਕਿਹੜੇ ਮੁਲਕ ਦੀਆਂ ਅਤੇ ਕੀ ਇਹਨਾਂ ਦਾ ਮਤਲਬ ਹੈ। ਤੁਸੀਂ ਵੀ ਲਾਈਟਾਂ ਜ਼ਰਾ ਧਿਆਨ ਨਾਲ ਦੇਖੋ, ਇਹ ਨਹੀਂ ਸਮਝ ਆਉਂਦੀ ਟ੍ਰੈਫਿਕ ਵਾਲੇ ਨੂੰ, ਬੰਦੇ ਨੂੰ ਮੈਂ ਹੁਣ ਜਾਵਾਂ ਕਿ ਰੁਕਾਂ। ਰੈੱਡ ਲਾਈਟ ਵੀ ਜਗਦੀ ਹੈ, ਹਰੀ ਵੀ ਜਗਦੀ ਹੈ। ਇਹਦਾ ਮਤਲਬ ਇਹ ਹੈ ਵੀ ਭਾਈ ਤੁਹਾਡੀ ਮਰਜ਼ੀ ਹੈ, ਜੇ ਰੁਕਣਾ ਰੁਕ ਜਾਓ, ਜੇ ਲੰਘਣਾ ਲੰਘ ਜਾਓ, ਤੁਹਾਡੀ ਮਰਜ਼ੀ ਹੈ। ਕਿ ਜਲੰਧਰ ਟ੍ਰੈਫਿਕ ਪੁਲਿਸ ਵਾਲਾ ਖੜ੍ਹਦਾ ਹੁੰਦਾ ਸੀ, ਸ਼ਾਇਦ ਕਈਆਂ ਨੇ ਦੇਖਿਆ ਹੋਵੇ, ਸਵੇਰੇ ਜਦੋਂ ਡਿਊਟੀ 'ਤੇ ਆਉਂਦਾ ਸੀ ਬੜਾ ਹੀ ਜ਼ਿਆਦਾ ਐਕਟਿਵ, ਭੱਜ ਭੱਜ ਕੇ ਉਹਨੇ ਇਸ਼ਾਰੇ ਕਰਨੇ, ਇੱਧਰ ਲੰਘ ਜਾਓ, ਇੱਧਰ ਲੰਘ ਜਾਓ, ਇੱਧਰ ਲੰਘ ਜਾਓ, ਇੱਧਰ ਲੰਘ ਜਾਓ। ਥੋੜ੍ਹੀ ਦੇਰ ਬਾਅਦ ਥੱਕ ਜਾਣਾ ਤਾਂ ਫਿਰ ਉਹਨੇ ਥੋੜ੍ਹਾ ਸਲੋਅ ਹੋ ਜਾਣਾ, ਇੱਧਰੋਂ ਐਂ ਕਰਕੇ ਲੰਘ ਜਾਓ, ਐਂ ਕਰਕੇ ਲੰਘ ਜਾਓ, ਫਿਰ ਸਲੋਅ ਹੋ ਕੇ ਅਖੀਰ ਸ਼ਾਮ ਨੂੰ ਜਦੋਂ ਜਮ੍ਹਾਂ ਥੱਕ ਜਾਂਦਾ ਸੀ ਉਹ ਪਹਿਲਾਂ ਭੱਜ ਭੱਜ ਕੇ, ਅਤੇ ਫਿਰ ਉਹ ਇੱਦਾਂ ਖੜ੍ਹ ਜਾਂਦਾ ਸੀ ਨੀਵੀਂ ਜੀ ਪਾ ਕੇ। ਹੁਣ ਲੋਕ ਦੇਖਦੇ ਸੀ ਵੀ ਸਾਨੂੰ ਇਸ਼ਾਰਾ ਕਰੇ ਅਸੀਂ ਲੰਘਾਂ, ਫਿਰ ਲੋਕਾਂ ਨੇ ਕਿਸੇ ਨੇ ਹੌਰਨ ਮਾਰਨਾ, ਹੌਰਨ ਨਾਲ ਉੱਠ ਕੇ ਹਾਂਜੀ ਉਹ ਯਾਰ ਮਰਜ਼ੀ ਹੈ ਲੰਘਣਾ ਲੰਘ ਜਾਓ, ਰੁਕਣਾ ਰੁਕ ਜਾਓ, ਜਿੱਦਾਂ ਠੀਕ ਲੱਗ ਜਾਓ ਕਰੀ ਚੱਲੋ। ਸੋ ਇਹ ਵੀ ਇੱਦਾਂ ਦੀਆਂ ਲਾਈਟਾਂ ਹੈਗੀਆਂ। ਅਗਲੀ ਫੋਟੋ ਜਿਹੜੀ ਹੈ ਉਹ ਵੀ ਕਮਾਲ ਦੀ ਫੋਟੋ ਆ, ਔਰ ਇਹਦੇ ਵਿੱਚ ਵੀ ਇਹ ਨਹੀਂ ਸਮਝ ਆਉਂਦੀ ਵੀ ਇਸ ਮੈਡਮ ਨੇ ਸੈਂਡਲ ਖਰੀਦੇ ਆ ਕਿ ਟੋਪੀ ਖਰੀਦੀ ਆ, ਜਾਂ ਇਹ ਹੋ ਸਕਦਾ ਸਕੀਮ ਦੇ ਵਿੱਚ ਜਿਵੇਂ ਹੁੰਦਾ ਵੀ ਸੈਂਡਲ ਦੇ ਨਾਲ ਟੋਪੀ ਫਰੀ ਜਾਂ ਟੋਪੀ ਦੇ ਨਾਲ ਸੈਂਡਲ ਫਰੀ, ਇੱਦਾਂ ਵੀ ਹੋ ਸਕਦਾ। ਫੋਟੋ ਧਿਆਨ ਨਾਲ ਦੇਖੋ ਤਾਂ ਸੈਂਡਲ ਦੇ ਨਾਲ ਹੀ ਟੋਪੀ ਜਿਹੜੀ ਜੁੜੀ ਹੋਈ ਹੈ, ਜਾਂ ਤਾਂ ਇਹ ਮੈਨੂੰ ਲੱਗਦਾ ਵੀ ਇਹ ਸੈਂਡਲ ਜਦੋਂ ਲਾਉਂਦੀ ਹੋਣੀ ਹੈ, ਜੁੱਤੀ ਲਾਉਂਦੀ ਹੋਣੀ ਹੈ, ਤਾਂ ਇਹਨਾਂ ਦੀ ਜੁੱਤੀ ਚੋਰੀ ਹੋ ਜਾਂਦੀ ਹੋਣੀ ਹੈ, ਇਹਨੇ ਫਿਰ ਸੈਂਡਲ ਦੇ ਨਾਲ ਹੀ ਫਿਕਸ ਕਰਾ ਲਈ ਜੁੱਤੀ। ਮੈਂ ਕਹਿੰਦਾ ਇਹਨੂੰ ਹੋਰ ਸਲਾਹ ਦਿੰਦਾ ਕਿ ਸੈਂਡਲ ਦੇ ਨਾਲ ਟੋਪੀ ਤਾਂ ਫਿਕਸ ਕੀਤੀ ਹੈ, ਇਹ ਜਿਹੜੀਆਂ ਤਣੀਆਂ ਜਿਹੀਆਂ ਨਾਲ ਲੱਗੀਆਂ ਵਾ, ਇਹਦਾ ਹੈੱਡਫੋਨ ਬਣਾ ਲਵੇ ਆਰਾਮ ਨਾਲ, ਇੱਕ ਹੋਰ ਮੌਜ ਹੋਜੂ 3-in-1, ਹੁਣ ਫਿਲਹਾਲ 2-in-1 ਆ, ਫਿਰ 3-in-1 ਹੋ ਜੂਗਾ। ਇਹ ਇਹੋ ਜਿਹੀਆਂ ਫੋਟੋਆਂ ਬੜੀਆਂ ਬਨਸਬਨੀਆਂ ਸਾਡੇ ਦੋਸਤ ਮਿੱਤਰ ਜਿਹੜੇ ਸਾਨੂੰ ਭੇਜਦੇ ਨੇ। ਲਓ ਜੀ ਅਗਲਾ ਹੁਣ ਲੈ ਚੱਲਦੇ ਹਾਂ ਇਹ ਭਾਰਤ ਦੀ ਫੋਟੋ। ਅਕਸਰ ਕਰੀ ਦੀ ਗੱਲ ਕਿ ਇਟ ਹੈਪਨ ਓਨਲੀ ਇਨ ਇੰਡੀਆ, ਇਹੋ ਜਿਹਾ ਇੰਡੀਆ ਦੇ ਵਿੱਚ ਹੀ ਹੁੰਦਾ। ਮੈਨੂੰ ਲੱਗਦਾ ਜਾਂ ਤਾਂ ਫੋਟੋ ਦਿਖਾ ਦਿਓ ਸੁੱਖਾ ਜੀ, ਜਾਂ ਤਾਂ ਇਹ ਹੋ ਸਕਦਾ ਕਿ ਪੁਲਿਸ ਵਾਲਾ ਇੱਥੇ ਖੜਾ ਕੇ ਇਹਨੂੰ ਭਾਈ ਸਾਹਿਬ ਨੂੰ ਜਿਹੜੇ ਬੈਠੇ ਨੇ ਟੌਰ ਦੇ ਨਾਲ, ਆਪ ਮੈਨੂੰ ਲੱਗਦਾ ਚਾਹ ਪਾਣੀ ਪੀਣ ਗਿਆ ਹੋਣਾ, ਧਿਆਨ ਰੱਖੀ ਯਾਰ ਜੇ ਕਦੇ SHO ਸਾਹਿਬ ਆ ਗਏ ਤਾਂ ਉਹਨਾਂ ਨੂੰ ਇਹ ਵੀ ਇੱਥੇ ਗਿਆ ਮਾੜਾ ਜਿਹਾ। ਜਾਂ ਫਿਰ ਇਹ ਹੋ ਸਕਦਾ ਬਈ ਇਹ ਕੁੱਤਾ ਭਾਅ ਜੀ ਨੇ ਦੇਖਿਆ ਹੋਣਾ ਵੀ ਇੱਥੇ ਤਾਂ ਰੋਜ਼ ਖਾਲੀ ਹੋਈ ਹੁੰਦਾ, ਚਲੋ ਮੈਂ ਹੀ ਬਹਿ ਜਾਂਦਾ। ਸ਼ਾਇਦ ਲੋਕ ਊਂ ਤਾਂ ਨਹੀਂ ਸ਼ਰਮ ਕਰਦੇ, ਮੇਰੀ ਉਹ ਮਾੜੀ ਮੋਟੀ ਸ਼ਰਮ ਕਰ ਲੈਣ, ਲੰਘਣ ਲੱਗੇ ਅੱਗਾ ਪਿੱਛਾ ਦੇਖ ਲੈਣ। ਅਤੇ ਜਾਂ ਇਹ ਹੋ ਸਕਦਾ ਇੱਕ ਹੋਰ ਵਧੀਆ ਆਈਡੀਆ, ਇਹ ਹੋ ਸਕਦਾ ਕਿ ਅਵਾਰਾ ਗਊਆਂ ਬਹੁਤ ਫਿਰਦੀਆਂ, ਅਤੇ ਜੇ ਅਵਾਰਾ ਗਊ ਸੜਕ 'ਤੇ ਆਉਂਦੀ ਹੋਊਗੀ ਤਾਂ ਮੈਨੂੰ ਲੱਗਦਾ ਕੁੱਤਾ ਇਹ ਭੌਂਕ ਕੇ ਉਹਨਾਂ ਨੂੰ ਭਜਾਉਂਦਾ ਹੋਣਾ ਵੀ ਡੋਂਟ ਡਿਸਟਰਬ ਟ੍ਰੈਫਿਕ। ਸੋ ਇਹੋ ਜਿਹਾ ਮਾਹੌਲ ਵੀ ਹੋ ਸਕਦਾ ਇਸ ਫੋਟੋ ਦਾ। ਪਰ ਇਹ ਫੋਟੋ ਇਹੋ ਜਿਹੀਆਂ ਖਿੱਚਦੇ ਨੇ ਕਮਾਲ ਦੀਆਂ ਜਿਹੜੀਆਂ ਗੱਲਾਂ ਬਾਤਾਂ ਨੇ ਸਾਡੇ ਦੋਸਤ ਮਿੱਤਰ ਹੀ ਖਿੱਚਦੇ ਨੇ, ਸਾਨੂੰ ਭੇਜਦੇ ਨੇ ਕੁਛ ਇੱਕ ਫੇਸਬੁੱਕ ਤੋਂ ਸੱਚੀ ਮੁੱਚੀ ਚੱਕੀਆਂ ਹੁੰਦੀਆਂ। ਵੀਡੀਓ ਵਾਲੇ ਪਾਸੇ ਚੱਲਦੇ ਹਾਂ।
ਮੇਰਾ ਖਿਆਲ ਹੈ ਵੀ ਜੇ ਪਾਗਲਾਂ ਦੇ ਸਿੰਘ ਹੁੰਦੇ ਤਾਂ ਇਹਨਾਂ ਬੰਦਿਆਂ ਦੇ 12-12 ਸਿੰਘ ਹੋਣੇ ਸੀਗੇ। ਜਿਹੜੀ ਵੀਡੀਓ ਆ ਤੁਸੀਂ ਦੇਖੋ ਧਿਆਨ ਦੇ ਨਾਲ, ਅਤੇ ਕੀ ਇਹ ਤਰੀਕਾ, ਕੀ ਇਹ ਬੇਵਕੂਫੀ ਹੈ, ਕੀ ਇਹਦੇ 'ਚ ਲੱਭਤਾ, ਕੀ ਇਹੋ ਜਿਹੇ ਲੋਕ ਭਾਰਤ ਦੇ ਵਿੱਚ ਸ਼ੋਅ ਕਰਨਾ ਚਾਹੁੰਦੇ ਕਿ ਅਸੀਂ ਕੀ ਹੈ, ਔਰ ਇਹੋ ਜਿਹੇ ਅਨੇਕਾਂ ਲੋਕ ਆਪਣੀਆਂ ਜਾਨਾਂ ਗਵਾਉਂਦੇ ਨੇ। ਇਹ ਵੀਡੀਓ ਤੁਸੀਂ ਵੀ ਦੇਖੋ ਅਤੇ ਉਸ ਤੋਂ ਬਾਅਦ ਕਰਦੇ ਹਾਂ ਗੱਲਬਾਤ। ਕਮਾਲ ਦੇਖੋ, ਚੱਲਦੇ ਥ੍ਰੀ ਵੀਲਰ ਦਾ ਟਾਇਰ ਬਦਲਣਾ ਕੋਈ ਸੌਖਾ ਕੰਮ ਨਹੀਂ ਹੈਗਾ, ਪਰ ਇਹ ਟਾਇਰ ਬਦਲਦੇ ਬਦਲਦੇ ਆਪੇ ਜਿਹੜੀਆਂ ਨੇ ਥੋਬੜੇ ਉਹ ਵੀ ਬਦਲ ਜਾਣੇ ਸੀ ਜੇ ਕਿਤੇ ਕੋਈ ਗਲਤੀ ਨਾਲ ਮਾੜਾ ਮੋਟਾ ਇੱਧਰ ਉੱਧਰ ਹੋ ਜਾਂਦਾ, ਅਕਸਰ ਹੋ ਜਾਂਦਾ। ਚਲੋ ਇਹਨਾਂ ਨੇ ਵੀਡੀਓ ਬਣਾਈ ਵਿੱਚ ਕਾਮਯਾਬੀ ਹੋ ਗਈ। ਅਤੇ ਬ੍ਰੇਕ 'ਤੇ ਜਾਣ ਤੋਂ ਪਹਿਲਾਂ ਇੱਕ ਮੈਂ ਹੋਰ ਤੁਹਾਨੂੰ ਵੀਡੀਓ ਦਿਖਾਉਣਾ ਕਮਾਲ ਦੀ ਕਿ ਮੋਦੀ ਸਾਹਿਬ ਨੂੰ ਸ਼ੌਕ ਹੈ, ਬਹੁਤ ਸਾਰੇ ਮੁਲਕਾਂ ਜਾਂਦੇ ਨੇ, ਹਰ ਧੀਏ ਦਿਨ ਕਿਤੇ ਨਾ ਕਿਤੇ ਤੁਰੇ ਰਹਿੰਦੇ ਨੇ। ਅਤੇ ਦੱਖਣੀ ਅਫਰੀਕਾ ਦੇ ਵਿੱਚ ਮੋਦੀ ਸਾਹਿਬ ਗਏ ਸੀਗੇ, ਔਰ ਮੋਦੀ ਸਾਹਿਬ ਦਾ ਇਹ ਕਹਿਣਾ ਹੈ ਕਿ ਮੈਂ ਪੂਰੀ ਦੁਨੀਆ ਦੇ ਵਿੱਚ ਗਿਆ, ਦੁਨੀਆ ਦੇ ਸਾਰੇ ਮੁਲਕਾਂ ਦੇ ਵਿੱਚ ਲਗਭਗ ਗਿਆ, ਪਰ ਜਿਹੋ ਜਿਹਾ ਸਵਾਗਤ ਦੱਖਣੀ ਅਫਰੀਕਾ ਦੇ ਵਿੱਚ ਹੋਇਆ, ਇਹੋ ਜਿਹਾ ਸਵਾਗਤ ਮੈਂ ਕਿਤੇ ਨਹੀਂ ਦੇਖਿਆ। ਔਰ ਮੋਦੀ ਸਾਹਿਬ ਨੂੰ ਸਮਝ ਵੀ ਨਹੀਂ ਆਈ ਮੈਂ ਇਸ ਸਵਾਗਤ 'ਤੇ ਕੀ ਰਿਐਕਸ਼ਨ ਦੇਵਾਂ, ਉਹਨਾਂ ਨੂੰ ਥੈਂਕ ਯੂ ਕਹਾਂ ਜਾਂ ਮਾੜੀ ਗੱਲ ਕਹਾਂ। ਅਤੇ ਇਹ ਸੁੱਖਾ ਜੀ ਮਿੰਟ ਦੀ ਵੀਡੀਓ ਦਿਖਾ ਦਿਓ, ਉਸ ਤੋਂ ਬਾਅਦ ਕੱਟ ਦਿਓ, ਅਤੇ ਉਸ ਤੋਂ ਬਾਅਦ ਨਾਲ ਨਾਲ ਬ੍ਰੇਕ ਲੈ ਲਿਓ, ਅਤੇ ਬ੍ਰੇਕ ਤੋਂ ਬਾਅਦ ਫਿਰ ਆਪਾਂ ਵਿਸ਼ੇ ਵੱਲ ਜਾ ਕੇ ਅਤੇ ਫਿਰ ਤੁਹਾਡੀਆਂ ਕਾਲਾਂ ਲਵਾਂਗੇ। ਦੇਖੋ ਮੋਦੀ ਸਾਹਿਬ ਦੇ ਸਵਾਗਤ ਦੀ ਇਹ ਸ਼ਾਨਦਾਰ ਵੀਡੀਓ। ਬ੍ਰੇਕ ਤੋਂ ਬਾਅਦ ਸਵਾਗਤ ਜੀ ਤੁਹਾਡਾ ਜੈਨੂ ਜਲਵੇ ਜੱਗੀ ਦੇ ਪ੍ਰੋਗਰਾਮ ਦੇ ਵਿੱਚ। ਅਤੇ ਹੁਣ ਆਪਾਂ ਚੱਲਦੇ ਹਾਂ ਵਿਸ਼ੇ ਵਾਲੇ ਪਾਸੇ। ਵਿਸ਼ਾ ਅੱਜ ਹੁੰਦਾ ਜੀ ਯਾਦਾਂ ਵਤਨ ਦੀਆਂ। ਯਾਦਾਂ ਵਤਨ ਦੀਆਂ ਦੇ ਵਿੱਚ ਪੁਰਾਣੀਆਂ ਗੱਲਾਂ ਬਾਤਾਂ ਸਾਂਝੀਆਂ ਕਰਨ ਦੀ ਕੋਸ਼ਿਸ਼ ਕਰੀਦੀ ਹੈ, ਔਰ ਤੁਸੀਂ ਪਸੰਦ ਵੀ ਬਹੁਤ ਕਰਦੇ ਹੋ ਇਹਨਾਂ ਗੱਲਾਂ ਨੂੰ। ਮੈਂ ਸ਼ੁਰੂਆਤ ਦੇ ਵਿੱਚ ਇੱਕ ਸ਼ੇਅਰ ਪੜ੍ਹਿਆ ਸੀਗਾ, ਮੈਂ ਉਹਨੂੰ ਦੁਬਾਰਾ ਪੜ੍ਹਨਾ ਚਾਹੁੰਦਾ ਕਿਉਂਕਿ ਕੁਛ ਦਰਸ਼ਕ ਹੋ ਸਕਦਾ ਬਾਅਦ ਦੇ ਵਿੱਚ ਜੁੜੇ ਹੋਣ, ਅਤੇ ਉਹ ਸ਼ੇਅਰ 'ਤੇ ਫਿਰ ਉਦੋਂ ਬਾਅਦ ਆਪਾਂ ਜਿਹੜੀ ਅੱਜ ਦੀ ਗੱਲਬਾਤ ਉਹ ਸ਼ੁਰੂ ਕਰਾਂਗੇ। ਸ਼ੇਅਰ ਸੀਗਾ, ਸਮਾਂ ਬਦਲਿਆ ਸਮੇਂ ਦੇ ਤੌਰ ਬਦਲੇ, ਸਮਾਂ ਬਦਲਿਆ ਸਮੇਂ ਦੇ ਤੌਰ ਬਦਲੇ, ਖੇਤਾਂ ਵਿੱਚ ਹਲ ਅਤੇ ਪਜਾਲੀ ਨਹੀਂ ਲੱਭਣੀ, ਐਸਾ ਯੁੱਗ ਮਸ਼ੀਨਰੀ ਦਾ ਆ ਗਿਆ ਹੈ, ਤੂੜੀ ਨਹੀਂ ਲੱਭਣੀ,
ਪਰਾਲੀ ਨਹੀਂ ਲੱਭਣੀ, ਛੰਨੇ ਕਹੇ ਦੇ ਬਜ਼ੁਰਗ ਕਹਿਣ ਨਹੀਂ ਦਿਸਦੇ, ਥੋੜ੍ਹੇ ਸਮੇਂ ਤੱਕ ਸਟੀਲ ਦੀ ਥਾਲੀ ਨਹੀਂ ਲੱਭਣੀ, ਨਹੀਂ ਉਹ ਲੱਭਣੀ ਕਾਕੇ ਨੂੰ, ਉਹਦੀ ਮਾਸੀ ਤੇ ਉਹਦੇ ਪਾਪੇ ਨੂੰ, ਉਹਦੀ ਸਾਲੀ ਨਹੀਂ ਲੱਭਣੀ। ਇਹ ਗੱਲਾਂ ਬਿਲਕੁਲ ਸਹੀ ਸਾਬਤ ਹੁੰਦੀਆਂ ਆ ਰਹੀਆਂ ਨੇ। ਅਗਰ ਅਸੀਂ ਪਿਛਲੇ ਸਮੇਂ ਦੀ ਗੱਲ ਕਰੀਏ, ਸਮਾਂ ਬਦਲਿਆ, ਸਮੇਂ ਦੇ ਤੌਰ ਬਦਲੇ, ਤੌਰ ਤਰੀਕੇ ਐਸੇ ਬਦਲੇ ਨੇ ਸਮੇਂ ਦੇ ਜਿਹਦਾ ਹਿਸਾਬ ਕੋਈ ਨਹੀਂ। ਜਿਵੇਂ ਅਸੀਂ ਪਹਿਲਾਂ ਗੱਲਾਂ ਕਰਦੇ ਹੁੰਦੇ ਸੀ ਜਦੋਂ ਸਕੂਲ ਦੇ ਵਿੱਚ ਪੜ੍ਹਦੇ ਸੀਗੇ, ਤਾਂ ਬਜ਼ੁਰਗ ਦੱਸਦੇ ਸੀ ਵੀ ਇੱਦਾਂ ਉਦੋਂ ਆਹ ਹੁੰਦਾ ਸੀ, ਆਹ ਹੁੰਦਾ ਸੀ, ਆਨੇ ਦੇ ਵਿੱਚ ਇੰਨਾ ਆ ਜਾਂਦਾ ਸੀ, ਕਣਕ ਦੀ ਬੋਰੀ ਆ ਜਾਂਦੀ ਸੀ, ਇਹ ਉਹ ਇੱਦਾਂ ਬੜੀਆਂ ਗੱਲਾਂ ਦੱਸਦੇ, ਸਾਨੂੰ ਲੱਗਦਾ ਹੁੰਦਾ ਸੀ ਮਜ਼ਾਕ ਕਰਦੇ ਆ। ਹੁਣ ਜਦੋਂ ਆਪਾਂ ਹੀ ਕਹਿੰਦੇ ਹਾਂ ਵੀ ਅਸੀਂ 5 ਰੁਪਏ ਦਾ ਲੀਟਰ ਤੇਲ ਪਵਾਇਆ, ਅਤੇ ਉਦੋਂ ਬਾਅਦ ਹੁਣ 75-80 ਰੁਪਏ ਲੀਟਰ ਪੈਟਰੋਲ ਹੈਗਾ, ਅਤੇ ਉਹ ਵੀ ਗੱਲ ਹੋਣ ਲੱਗਦੀ, ਹੁਣ ਵਾਲੇ ਨਿਆਣਿਆਂ ਨੂੰ ਲੱਗਦੀ ਹੈ, ਐਵੇਂ ਮਾਰੀ ਜਾਂਦੇ 5 ਰੁਪਏ ਤੇਲ ਕਿੱਥੋਂ ਹੋਊਗਾ, 5 ਰੁਪਏ ਤੇਲ ਲੀਟਰ। ਅਤੇ ਸਮਾਂ ਜਿਹੜਾ ਬਦਲਿਆ, ਪਹਿਲੇ ਸਮਿਆਂ ਦੀ ਗੱਲ ਕਰੀਏ, ਜੇ 25-30 ਸਾਲ ਪੁਰਾਣੀ, ਬਾਹਲੀ ਪੁਰਾਣੀ ਗੱਲ ਨਾ ਕਰੀਏ, ਤਾਂ ਪਹਿਲੇ ਸਮਿਆਂ ਦੇ ਵਿੱਚ ਕੁਦਰਤ ਦੇ ਅਸੀਂ ਨੇੜੇ ਸੀ, ਕੁਦਰਤ ਦਾ ਆਨੰਦ ਮਾਣਦੇ ਸੀ, ਐਨ ਵਧੀਆ ਨੀਂਦ ਸੌਂਦੇ ਸੀ, ਬਹੁਤ ਵਧੀਆ ਨੀਂਦ ਸੌਂਦੇ ਸੀ। ਕਹਿਣ ਤੋਂ ਭਾਵ ਜਦੋਂ ਕੋਠਿਆਂ 'ਤੇ ਮੰਜੇ ਡਾਹ ਕੇ ਅਤੇ ਉੱਤੇ ਸੌਣਾ, ਅਤੇ ਕੁਦਰਤ ਸਾਹਮਣੇ ਦਿਸਦੀ ਹੁੰਦੀ ਸੀ, ਤਾਰੇ, ਬੱਦਲ, ਫਿਰ ਸ਼ਾਮ ਜੀ ਨੂੰ ਜੇ ਕੋਠਿਆਂ 'ਤੇ ਬੈਠੇ ਹੋਣਾ, ਅਤੇ ਉਹ ਬੱਦਲਾਂ ਦੇ ਜਿਹੜੇ ਬਣਦੇ ਸੀ, ਕਦੇ ਊਠ ਬਣ ਗਿਆ, ਕਦੇ ਬੱਕਰੀ ਬਣ ਗਈ, ਕਦੇ ਸ਼ੇਰ ਬਣ ਗਿਆ, ਉਹ ਦੇਖ ਦੇਖ ਕੇ ਜੋ ਨਜ਼ਾਰੇ ਲੈਂਦੇ ਹੁੰਦੇ ਸੀ, ਅੱਜ ਕੱਲ੍ਹ ਦੇ ਬੱਚਿਆਂ ਨੂੰ ਉਹ ਚੀਜ਼ਾਂ ਨਹੀਂ ਪਤੀਆਂ, ਤਾਂ ਨੀਂਦ ਉਦੋਂ ਬੜੀ ਵਧੀਆ ਆਉਂਦੀ ਹੁੰਦੀ ਸੀ। ਇਹ ਵੀ ਸਾਡੇ ਦਰਸ਼ਕਾਂ ਨੂੰ ਭਲੀ ਭਾਂਤ ਯਾਦ ਹੋਏਗਾ, ਅਤੇ ਨਿਆਣੇ ਸੁਣ ਲੈਣ ਧਿਆਨ ਦੇ ਨਾਲ, ਜਦੋਂ ਫਿਰ ਪਏ ਹੁੰਦੇ ਸੀ ਕੋਠੇ ਦੇ ਉੱਪਰ, ਤਾਂ ਮੀਂਹ ਆ ਜਾਣਾ, ਜਦੋਂ ਫਿਰ ਬਿਸਤਰੇ ਥੱਲੇ ਸਿੱਟਣੇ ਅਤੇ ਮੰਜੀਆਂ ਥੱਲੇ ਲਮਕਾਉਣੀਆਂ, ਉਹ ਵੀ ਇੱਕ ਨਜ਼ਾਰਾ ਵੱਖਰਾ ਹੁੰਦਾ ਸੀਗਾ। ਸਾਡੇ ਤਾਏ ਦਾ ਚੂੜਾ ਟੁੱਟ ਗਿਆ ਸੀ, ਉਹਨੇ ਸਿੱਟਣਾ ਸੀ ਬਿਸਤਰਾ ਥੱਲੇ, ਬਿਸਤਰਾ ਉੱਥੇ ਰੱਖਤਾ ਛੱਤ ਦੇ ਉੱਪਰ, ਆਪ ਛਾਲ ਮਾਰਤੀ। ਸੋ ਉਹ ਨਜ਼ਾਰਾ ਜਿਹੜਾ ਸੀ ਬਿਲਕੁਲ ਵੱਖਰਾ ਹੁੰਦਾ ਸੀ, ਉਸ ਨਜ਼ਾਰੇ ਨੂੰ ਅਸੀਂ ਭੁੱਲ ਚੁੱਕੇ ਹਾਂ। ਉਦੋਂ ਬਾਅਦ ਸਮਾਂ ਬਦਲਿਆ, ਸਮੇਂ ਦੇ ਤੌਰ ਬਦਲੇ, ਤਕਰੀਬਨ ਹਰ ਚੀਜ਼ ਬਦਲ ਗਈ ਹੈ। ਜਦੋਂ ਕਈ ਵਾਰੀ ਰੀਤੀ ਰਿਵਾਜ਼ਾਂ ਦੀ ਵੀ ਗੱਲ ਕਰੀ ਦੀ ਹੈ, ਉਹ ਬਦਲ ਗਏ ਨੇ। ਉਦੋਂ ਬਾਅਦ ਅਗਰ ਅਸੀਂ ਗੱਲ ਕਰੀਏ, ਜਿਹੜੀ ਮੈਂ ਅੱਜ ਤੁਹਾਡੇ ਨਾਲ ਗੱਲ ਕਰਨੀ, ਆਪਾਂ ਇੱਕ ਵਿਸ਼ਾ ਛੋਹੀਦਾ, ਪਿਛਲੇ ਹਫ਼ਤੇ ਮੈਂ ਸ਼ੁਰੂ ਕੀਤਾ ਸ਼ੁੱਕਰਵਾਰ ਨੂੰ, ਹਜੇ ਪ੍ਰੋਗਰਾਮ ਬਾਹਲੇ ਦਰਸ਼ਕਾਂ ਨੂੰ ਹਜੇ ਸ਼ਾਇਦ ਅੱਜ ਇਹੀ ਹੈ ਵੀ ਅੱਜ ਮੇਰਾ ਪ੍ਰੋਗਰਾਮ ਹਜੇ ਨਹੀਂ ਹੁੰਦਾ ਸ਼ੁੱਕਰਵਾਰ ਨੂੰ, ਸੋ ਸ਼ੁੱਕਰਵਾਰ ਨੂੰ ਵੀ ਹੁਣ 5 ਦਿਨ ਮੈਂ ਪ੍ਰੋਗਰਾਮ ਜਿਹੜਾ ਸ਼ੁਰੂ ਕੀਤਾ ਪੇਸ਼ ਕਰਨਾ, ਠੀਕ ਹੈ ਜੀ। ਅਤੇ ਸ਼ੁੱਕਰਵਾਰ ਨੂੰ ਇਹ ਪੁਰਾਣਾ ਰੰਗ ਜਿਹੜਾ ਹੁੰਦਾ, ਪਿਛਲੇ ਹਫ਼ਤੇ ਮੈਂ ਸਾਡੇ ਗੁਰੂ ਸਾਹਿਬ ਜੋ ਹੈਗੇ ਨੇ, ਉਹਨਾਂ ਨੇ ਜਿਹੜੇ ਜਿਹੜੇ ਸਾਜ਼ ਇਜਾਦ ਕੀਤੇ ਸੀ, ਮੈਂ ਉਹਨਾਂ ਦੀ ਪੁਰਾਤਨ ਸਾਜ਼ਾਂ ਦੀ ਗੱਲ ਕੀਤੀ ਸੀ, ਲੇਕਿਨ ਯਾਦ ਤਾਂ ਬਾਹਲਾ ਦਰਸ਼ਕਾਂ ਨੂੰ ਪਤਾ ਨਹੀਂ, ਕੋਈ ਬਾਹਲਾ ਵਧੀਆ ਹੁੰਗਾਰਾ ਮੈਨੂੰ ਨਹੀਂ ਸੀ ਮਿਲਿਆ। ਅਤੇ ਅੱਜ ਮੈਂ ਸੋਚਦਾ ਵੀ ਪੁਰਾਤਨ ਗੱਲਾਂ ਦੀ ਜੇ ਗੱਲ ਕਰੀਏ, ਪਹਿਲਾਂ ਮੈਂ ਖੇਤੀ ਦੇ ਸੰਦ ਜਿਹੜੇ ਉਹਨਾਂ ਦੀਆਂ ਗੱਲਾਂ ਮੈਂ ਕਿਹਾ ਚਲੋ ਸ਼ੁਰੂ ਕਰ ਲੈਣੇ, ਪਰ ਨਹੀਂ, ਫਿਰ ਉਦੋਂ ਬਾਅਦ ਮੈਂ ਜਿਹੜੀ ਚੀਜ਼ ਲੱਭੀ, ਇਹ ਲੱਭੀ ਹੈ ਸਾਡੇ ਦਰਸ਼ਕਾਂ ਵਾਸਤੇ, ਖਾਸ ਤੌਰ 'ਤੇ ਨੌਜਵਾਨ ਪੀੜ੍ਹੀ ਦੀ ਗੱਲ ਕਰੀਏ ਤਾਂ ਉਹਨਾਂ ਵਾਸਤੇ ਫਿਰ ਮੈਂ ਇਹ ਚੀਜ਼ ਲੱਭੀ ਹੈ। ਅੱਜ ਕੱਲ੍ਹ ਬੈਂਕਾਂ ਆ ਗਈਆਂ, ਬੈਂਕਾਂ ਦੇ ਵਿੱਚ ਜਾਣ ਦੀ ਵੀ ਲੋੜ ਨਹੀਂ ਪੈਂਦੀ, ਬੈਂਕਾਂ ਦੇ ਵਿੱਚ ਕੁਛ ਵੀ ਕਰਨ ਦੀ ਲੋੜ ਨਹੀਂ ਪੈਂਦੀ। ਬੈਂਕ ਦੇ ਵਿੱਚ ਤੁਹਾਡੇ ਪੈਸੇ ਲੱਖਾਂ ਕਰੋੜਾਂ ਸਿੱਧੇ ਜਾਂਦੇ ਸਿੱਧੇ ਆਉਂਦੇ ਆ, ਕੋਈ ਘਰੋਂ ਬੈਠੇ ਜਮ੍ਹਾਂ ਕਰਾ ਦਿਓ, ਘਰੇ ਬੈਠੇ ਕਢਾ ਲਓ, ਘਰੋਂ ਬੈਠੇ ਇੱਧਰ ਕਰ ਦਿਓ, ਘਰੋਂ ਬੈਠੇ ਇੱਥੇ ਇੰਡੀਆ ਟ੍ਰਾਂਸਫਰ ਕਰ ਦਿਓ, ਘਰੋਂ ਬੈਠੇ ਇੱਧਰ ਕਰ ਦਿਓ, ਉੱਧਰ ਕਰ ਦਿਓ। ਕਰੰਸੀ ਜਿਹੜੀ ਹੈ, ਅੱਗੇ ਜੇ ਜੇਬ ਦੇ ਵਿੱਚ ਪੈਸੇ ਹੁੰਦੇ ਸੀਗੇ 500-400 ਤਾਂ ਪਤਾ ਲੱਗਦਾ ਸੀ ਵੀ ਜੇਬ ਵਾਹਵਾ ਵੀ ਹੈਗੀ ਆ, ਅਤੇ ਖਰਚਾ ਕਰਨ ਲੱਗੇ ਪਤਾ ਲੱਗਦਾ ਸੀ ਵੀ ਖਰਚਾ ਇੰਨਾ ਹਿਸਾਬ ਨਾਲ ਕਰਨਾ, ਇੰਨੇ ਪੈਸੇ ਬਾਕੀ ਰਹਿ ਗਏ, 500 ਸੀਗਾ ਅਤੇ ਮੇਰੇ ਕੋਲ ਹੁਣ ਰਹਿ ਗਏ 300 ਰੁਪਈਆ, ਅਤੇ ਮੈਂ ਉਹਦੇ ਹਿਸਾਬ ਨਾਲ ਖਰਚਾ ਕਰਨਾ। ਸਮਾਂ ਬਦਲਿਆ, ਸਮੇਂ ਦੇ ਤੌਰ ਬਦਲੇ, ਕ੍ਰੈਡਿਟ ਕਾਰਡ ਆ ਗਏ, ਕ੍ਰੈਡਿਟ ਕਾਰਡ ਨੇ ਐਸਾ ਰੰਗ ਬਦਲਿਆ, ਐਸਾ ਰੰਗ ਦਿਖਾਇਆ ਕਿ ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਅਸੀਂ ਕਦੋਂ ਖਰਚਾ ਜਿਹੜਾ ਮੱਲੋ ਮੱਲੀ ਕਰ ਲੈਂਦੇ ਹਾਂ। ਔਰ ਕ੍ਰੈਡਿਟ ਕਾਰਡ ਜਦੋਂ ਅਸੀਂ ਵਰਤਦੇ, ਸਾਨੂੰ ਇਹ ਲੱਗਦਾ ਵੀ ਇਹਦੇ ਪੈਸੇ ਅਸੀਂ ਨਹੀਂ ਦੇਣੇ, ਕਿਸੇ ਹੋਰ ਨੇ ਦੇਣੇ ਆ। ਸਮਾਂ ਬਦਲਿਆ, ਸਮੇਂ ਦੇ ਤੌਰ ਬਦਲੇ, ਸਮਾਂ ਇਹ ਹੁਣ ਮੈਂ ਕਹਿੰਦਾ ਆਉਣ ਵਾਲਾ ਸਮਾਂ, ਜਿਵੇਂ ਉਹਨਾਂ ਨੇ ਦੱਸਿਆ ਵੀ ਥਾਲੀ ਵੀ ਨਹੀਂ ਲੱਭਣੀ ਸਟੀਲ ਦੀ, ਪਾਪੇ ਨੂੰ ਸਾਲੀ ਨਹੀਂ ਲੱਭਣੀ, ਤੂੜੀ ਪਰਾਲੀ ਨਹੀਂ ਲੱਭਣੀ, ਤੂੜੀ ਪਰਾਲੀ ਤਾਂ ਹੁਣ ਹੀ ਨਹੀਂ ਖੈਰ ਲੱਭਦੀ ਹੈਗੀ ਆ, ਹਜੇ ਫਿਰ ਵੀ ਹੈਗੀ ਆ। ਪਹਿਲਾਂ ਜਿਵੇਂ ਕਹਿੰਦੇ ਸੀ ਬੱਸ ਸਟੈਂਡ ਜਾਣਾ, ਅੱਜ ਕੱਲ੍ਹ ਵੀ ਚਲੋ 100-150 ਵਾਲੀ ਗੱਲ ਤਾਂ ਆਮ ਹੋ ਗਈ ਹੈ, 200-300 ਵਾਲੀ ਗੱਲ ਤਾਂ ਆਮ ਹੋ ਗਈ, ਆਟੋ ਰਿਕਸ਼ਾ ਅਗਰ ਅਸੀਂ ਕਰਦੇ ਹਾਂ, ਰਿਕਸ਼ਾ ਕਰਦੇ ਹਾਂ, ਕਿੰਨੇ ਪੈਸੇ ਲੈਣੇ ਬੱਸ ਸਟੈਂਡ ਜਾਣ ਦੇ, ਅਤੇ ਉਹ ਹੁਣ 100-150 ਦੀ ਗੱਲ ਹੋ ਗਈ। ਪਹਿਲਾਂ ਹੁੰਦੀ ਸੀ 5 ਰੁਪਏ ਲੈਣੇ, 7 ਲੈਣੇ, 10 ਮੰਗਣੇ, ਤਾਂ ਉਹਨੇ ਕਹਿਣਾ 5 ਲੈਣੀ, ਮੈਂ ਤਾਂ 5 ਦੇ ਕੇ ਆਇਆ, ਹੁਣੇ ਉਹਨੇ ਕਹਿਣਾ ਚਲੋ 7 'ਤੇ ਗੱਲ ਨਿਬੜ ਗਈ, 7 ਰੁਪਈਏ ਦੇ ਦਿਓ, ਗੱਲ ਨਿਬੜ ਗਈ। ਪਰ ਆਉਣ ਵਾਲਾ ਸਮਾਂ ਜਿਹੜਾ ਹੈਗਾ, ਸਮਾਂ ਬਦਲਿਆ, ਸਮੇਂ ਦੇ ਤੌਰ ਬਦਲੇ, ਇਹ ਹੋ ਜਾਣਾ। ਪਹਿਲੀ ਗੱਲ ਤਾਂ ਬੱਸ ਸਟੈਂਡ ਜਾਣ ਆਉਣ ਦਾ ਰੌਲਾ ਜਿਹੜਾ ਉਹ ਹੁਣ ਤਕਰੀਬਨ ਖਤਮ ਹੁੰਦਾ ਜਾਂਦਾ, ਬੱਸਾਂ ਦਾ ਹਾਲ ਦੇਖ ਲਓ, ਪਰ ਫਿਰ ਵੀ ਅਜੇ 40-50% ਲੋਕ ਜਿਹੜੇ ਬੱਸਾਂ ਦੇ ਵਿੱਚ ਸਫ਼ਰ ਕਰਦੇ ਨੇ, ਵੈਸੇ ਘੱਟ ਗਏ ਆ, ਔਰ ਸਾਨੂੰ ਇਹ ਲੱਗਦਾ ਵੀ ਅਸੀਂ ਨਹੀਂ ਸਫ਼ਰ ਕਰਦੇ, ਕੋਈ ਵੀ ਨਹੀਂ ਕਰਦਾ, ਹੈ ਨਾ, ਪਰ ਬੱਸਾਂ ਟ੍ਰੇਨਾਂ ਜਾ ਕੇ ਦੇਖੋ
ਅਜੇ ਵੀ ਪੂਰੀਆਂ ਧੁਨੀਆਂ ਪਈਆਂ ਹੁੰਦੀਆਂ ਟ੍ਰੇਨਾਂ ਦੀ ਗੱਲ ਕਰੀਏ ਤਾਂ ਬੁਰੀ ਤਰ੍ਹਾਂ ਦੇ, ਉਹਨਾਂ ਵਾਲੇ ਸਮੇਂ 'ਚ ਫਿਰ ਇਹੀ ਹੋਣਾ, ਉਹਨੇ ਪੁੱਛਣਾ ਵੀ ਹੋਰ 10-20-30 ਸਾਲ ਨੂੰ ਦਾਰੋ ਜਿਹੜੀ ਹੁਣ ਗਾਂ, ਜਦੋਂ ਸਾਡੇ ਗਾਂ ਪੋਤੇ ਪੁੱਤੇ ਹੋਏ, ਪੋਤੇ ਪੜਪੋਤੇ ਪੜਪੋਤੀਆਂ ਦੋਤੇ ਦੂਤੇ ਹੋਏ, ਤਾਂ ਉਹਨਾਂ ਨੇ ਫਿਰ ਉਹਨਾਂ ਨੇ ਕਹਿਣਾ ਜਦੋਂ ਬੱਸ ਸਟੈਂਡ ਜਾਣਾ ਕਿੰਨੇ ਪੈਸੇ, ਉਹਨੇ ਕਹਿਣਾ ਭਾਈ 10 ਲੱਖ ਰੁਪਈਆ ਦੇ ਦਿਓ। 10 ਲੱਖ ਬਣਦਾ ਚਲੋ ਤੁਸੀਂ 8 ਦੇ ਦਿਓ। ਬੰਦੇ ਨੇ ਕਹਿਣਾ ਭਾਈ ਮੈਂ 6 ਲੱਖ ਪਹਿਲਾਂ ਦੇ ਕੇ ਆ, ਤਾਂ ਤੂੰ ਹੁਣ 8 ਮੰਗੀ ਜਾਂਦਾ, ਚੱਲ 7 ਲੱਖ ਰੁਪਈਆ ਲੈ ਲੈ ਚੱਲ ਨਿਬੇੜ ਕੰਮ। ਚਲੋ ਇਹ ਹਾਲੇ ਗੱਲਾਂ ਚੁਗਲਦੀਆਂ, ਜਦੋਂ ਮੇਰੇ ਖਿਆਲ 87-88 ਦੀ ਗੱਲ ਹੈ, ਉਦੋਂ ਇੱਕ 88-89 ਦੀ ਗੱਲ ਹੋਣੀ, 89 ਦੀ, ਚੰਡੀਗੜ੍ਹ ਸੀਗੇ ਮੈਂ। ਅਤੇ ਉਦੋਂ ਸਾਨੂੰ ਲੱਗਦਾ ਸੀ ਕੋਈ ਬੰਦਾ ਕਹਿੰਦਾ ਜੀ ਇੱਕ ਨਾ ਵੱਡਾ ਸਾਰਾ ਟੋਕਰਾ ਜਿਹਾ ਆਇਆ ਬਾਹਰਲੇ ਮੁਲਕਾਂ 'ਚ, ਇਹ ਬਹੁਤ ਵੱਡਾ ਸਾਰਾ ਟੋਕਰਾ ਜਿਹਾ ਐਂ ਆ, ਉਹਨੂੰ ਘਰ ਦੇ ਛੱਤ ਦੇ ਉੱਪਰ ਲਾ ਦਿਓ, ਅਤੇ ਉਹਦੇ 'ਚ ਬੜੇ ਚੈਨਲ ਆਉਂਦੇ ਨੇ, ਅੰਗਰੇਜ਼ੀ ਚੈਨਲ ਵੀ ਆਉਂਦੇ ਆ, ਅਤੇ ਉਦੋਂ ਆਪਣੇ ਦੂਰਦਰਸ਼ਨ ਹੀ ਚੱਲਦਾ ਹੁੰਦਾ ਸੀ, ਅਤੇ ਉਦੋਂ ਅਸੀਂ ਸੋਚਦੇ ਸੀ ਐਵੇਂ ਮਾਰੀ ਜਾਂਦੇ ਕਿਹੜੇ, ਐਵੇਂ ਕਿਹੜਾ ਟੋਕਰਾ ਲਾ ਕੇ ਅੰਗਰੇਜ਼ੀ ਚੈਨਲਾਂ ਨੂੰ, ਮਜ਼ਾਕ ਜਿਹਾ ਲੱਗਦਾ ਸੀ। ਹੁਣ ਆਹ ਜਿਹੜੀਆਂ ਗੱਲਾਂ ਅੱਜ ਆਪਾਂ ਕਰਦੇ ਇਹ ਵੀ ਆਪਾਂ ਨੂੰ ਹਜੇ ਮਜ਼ਾਕ ਲੱਗਦੀਆਂ, ਪਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਲੱਗਣੀਆਂ ਵੀ ਜਿਵੇਂ ਸੱਚੀਆਂ ਹੁੰਦੀਆਂ, ਵੀ ਸੱਚੀ ਯਾਰ ਇਹ ਗੱਲਾਂ ਉਦੋਂ ਕਰਦੇ ਹੁੰਦੇ ਸੀਗੇ। ਕੁਛ ਜਿਹੜੇ ਮੇਰੇ ਨਾਲ ਦੇ ਜਾਂ ਦੂਬਾ ਦਾ, ਉਹ ਕਿਤੇ ਯਾਦ ਕਰਦੇ ਹੋਣਗੇ ਵੀ ਆਹ ਯਾਰ ਹਾਂ ਉਦੋਂ ਕਹਿੰਦਾ ਸੀ ਫਲਾਨਾ ਬੰਦਾ, ਵੀ ਇੱਦਾਂ ਹੋਇਆ ਕਰੂਗੀ। ਹੋਇਆ ਕਰੂਗੀ ਦੇ ਵਿੱਚ ਅਸੀਂ ਪਹਿਲਾਂ ਗੱਲ ਕਰਦੇ ਸੀਗੇ ਇਹ ਮੋਬਾਈਲਾਂ ਦੀ, ਵੀ ਸ਼ਾਇਦ ਇੱਦਾਂ ਹੋਊਗੀ ਵੀ ਇਹੋ ਜਿਹਾ ਫੋਨ ਆ ਜੂਗਾ, ਹੁਣ ਤਾਰ ਦੀ ਵੀ ਲੋੜ ਨਹੀਂ ਹੈਗੀ, ਐਂ ਹੋ ਜੂ ਜੋ ਹੋ ਜੂ, ਹੁਣ ਤਾਰਾਂ ਤੂਰਾਂ ਦੀ ਗੱਲ ਛੱਡੋ, ਟੈਕਨੋਲੋਜੀ ਇੰਨੀ ਤਰੱਕੀ ਕਰ ਗਈ, ਇੰਨੀ ਤਰੱਕੀ ਕਰ ਗਈ, ਕਿਤੇ ਦੀ ਕਿਤੇ ਗੱਲ ਚੱਲ ਗਈ ਹੈ, ਸਮਾਂ ਬਦਲਿਆ, ਸਮੇਂ ਦੇ ਤੌਰ ਬਦਲੇ, ਪਰ ਨਾਲ ਜਿਹੜੀ ਇੱਕ ਚੀਜ਼ ਬਦਲੀ ਆ ਜਿਹਦਾ ਦੁੱਖ ਹੁੰਦਾ, ਸਭ ਤੋਂ ਵੱਡੀ ਗੱਲ ਬਦਲੀ ਹੈ, ਸਾਡੇ ਰਿਸ਼ਤੇ ਬਦਲ ਗਏ ਸਮੇਂ ਦੇ ਤੌਰ ਦੇ ਨਾਲ, ਸਮਾਂ ਬਦਲਣ ਦੇ ਨਾਲ, ਸਮੇਂ ਦੇ ਤੌਰ ਦੇ ਬਦਲਣ ਦੇ ਨਾਲ ਸਾਡੇ ਰਿਸ਼ਤੇ ਬਦਲ ਗਏ। ਰਿਸ਼ਤਿਆਂ ਦੇ ਵਿੱਚ ਪਿਆਰ ਜਿਹੜਾ ਉਹ ਬਿਲਕੁਲ ਖਤਮ ਹੋ ਗਿਆ, ਪਹਿਲੇ ਸਮਿਆਂ 'ਚ ਕੁਦਰਤ ਦੇ ਜਦੋਂ ਅਸੀਂ ਨੇੜੇ ਸੀਗੇ, ਕੁਦਰਤ ਦੇ ਨੇੜੇ ਤੋਂ ਭਾਵ ਰਾਤ ਨੂੰ ਜਦੋਂ ਅਸੀਂ ਅਸਮਾਨ ਦੇਖਦੇ ਸੀ, ਤਾਰੇ ਦੇਖਦੇ ਸੀ, ਵੀ ਤਾਰਿਆਂ ਦੇ ਵਿੱਚ ਇੱਕ ਵਹਿੰਗੀ ਹੁੰਦੀ ਸੀ, 3 ਤਾਰੇ ਇਕੱਠੇ ਹੁੰਦੇ ਸੀਗੇ ਚੰਦਰਮਾ ਦੇ ਨੇੜੇ, ਤਾਂ ਉਹਨੂੰ ਅਕਸਰ ਪਿੰਡਾਂ ਦੇ ਵਿੱਚ ਕਿਹਾ ਜਾਂਦਾ ਸੀ ਵੀ ਇਹ ਵਹਿੰਗੀ ਹੈ ਸਰਵਣ ਦੀ, ਸਰਵਣ ਪੁੱਤ ਆਪਣੇ ਮਾਂ ਬਾਪ ਨੂੰ ਉਹ ਤੀਰਥ ਅਸਥਾਨਾਂ ਦੇ ਦਰਸ਼ਨ ਕਰਵਾ ਰਿਹਾ, ਇੱਕ ਪਾਸੇ ਉਹਦੀ ਮਾਂ ਬੈਠੀ ਹੈ, ਇੱਕ ਪਾਸੇ ਵਹਿੰਗੀ ਦੇ ਵਿੱਚ ਉਹਦਾ ਪਿਓ ਬੈਠਾ। ਵਹਿੰਗੀ ਵੀ ਸ਼ਾਇਦ ਸਾਡੇ ਜਿਹੜੇ ਯੰਗ ਦਰਸ਼ਕ ਹੈ ਉਹਨਾਂ ਨੂੰ ਵਹਿੰਗੀ ਦਾ ਅਰਥ ਵੀ ਨਹੀਂ ਪਤਾ ਹੋਣਾ ਵਹਿੰਗੀ ਕੀ ਹੁੰਦੀ ਹੈ, ਔਰ ਉਹਨੂੰ ਕਹਿੰਦੇ ਹੁੰਦੇ ਸੀ ਵੀ ਉਹ ਵਹਿੰਗੀ ਆ। ਇਹਦੇ ਬਾਰੇ ਹੋਰ ਕੋਈ ਕਲੀਅਰ ਜਾਣਕਾਰੀ ਹੋਵੇ ਸਾਰੇ ਦਰਸ਼ਕ ਜ਼ਰੂਰ ਸਾਂਝੀ ਕਰਨ। ਉਹ ਚੀਜ਼ਾਂ ਵੀ ਬਦਲ ਗਈਆਂ, ਕੁਦਰਤ ਦੇ ਨੇੜੇ ਤੋਂ ਭਾਵ ਇਹ ਸੀਗਾ ਕਿ ਅਸੀਂ ਕੁਦਰਤੀ ਚੀਜ਼ਾਂ, ਕੁਦਰਤੀ ਹਵਾ ਦਾ ਆਨੰਦ ਮਾਣਦੇ ਸੀ। ਸਵੇਰੇ ਉੱਠ ਕੇ ਜਦੋਂ ਬਾਹਰ ਜਾਣਾ ਜੰਗਲ ਪਾਣੀ, ਠੀਕ ਹੈ ਜੀ, ਉਦੋਂ 3-4 ਕਿਲੋਮੀਟਰ ਦੀ ਸੈਰ ਹੋ ਜਾਂਦੀ ਸੀ ਆਰਾਮ ਨਾਲ, ਤਾਂ ਵਧੀਆ ਠੰਡੀ ਹਵਾ ਫਰੈਸ਼ ਜਾਣੀ, ਜਦੋਂ ਅੰਦਰ ਐਨ ਬਿਮਾਰੀਆਂ ਉਦੋਂ ਕਿੱਥੇ ਨੇੜੇ ਆਉਣੀਆਂ ਸੀ, ਫਿਰ ਖੁਰਾਕ ਚੰਗੀ, ਛੰਨਾ ਛੰਨਾ ਘਿਓ ਦਾ ਬਜ਼ੁਰਗ ਦੱਸਦੇ ਪੀ ਜਾਂਦੇ, ਛੰਨਾ ਛੰਨਾ ਘਿਓ ਦਾ, ਅੱਜ ਕੱਲ੍ਹ ਨਿਆਣਿਆਂ ਨੂੰ ਚਮਚਾ ਦੇਸੀ ਘਿਓ ਦਾ ਪਾ ਦਿਓ ਤਾਂ ਉਹ ਉਹਨਾਂ ਨੂੰ ਹਜ਼ਮ ਕਰਨਾ ਔਖਾ ਹੋਇਆ। ਸਮਾਂ ਬਦਲਿਆ, ਸਮੇਂ ਦੇ ਤੌਰ ਬਦਲੇ, ਪਹਿਲਾਂ ਕਹਿੰਦੇ ਵੀ ਲੱਸੀ ਦੀ ਬਾਲਟੀ ਪੀ ਜਾਂਦੇ ਸੀ, ਦੁੱਧ 2-2 ਕਿਲੋ 3-3 ਕਿਲੋ ਪੀ ਜਾਣਾ। ਅੱਜ ਵੀ ਮੈਂ ਪੁਰਾਣੇ ਬਜ਼ੁਰਗ ਮੈਂ ਦੇਖਦਾ ਉਹ ਖਾਣ ਪੀਣ ਉਹਨਾਂ ਦਾ, ਜਦੋਂ ਹੈਰਾਨ ਰਹਿ ਜਾਈਦਾ। ਅਸੀਂ ਜਿਹੜੇ ਹੈਗੇ ਆਮ ਬੰਦੇ ਕੰਮ ਕਾਰ ਘੱਟ ਕਰਨ ਵਾਲੇ, ਉਹਨਾਂ ਨੂੰ ਇਹੀ ਟੈਨਸ਼ਨ ਹੁੰਦੀ ਹੈ ਵੀ ਚਾਹ ਦਾ ਕੱਪ ਵੀ ਦੂਜਾ ਨਹੀਂ ਪੀਣਾ, ਇਹ 'ਚ ਮਿੱਠਾ ਹੁੰਦਾ। ਅੱਜ ਵੀ ਮੈਂ ਬਜ਼ੁਰਗ ਦੇਖਦਾ ਜਿਹੜੇ ਸਮਾਂ ਬਦਲੇ ਆ, ਤੌਰ ਬਦਲੇ, ਪਰ ਉਹ ਬਜ਼ੁਰਗ ਨਹੀਂ ਬਦਲੇ। ਅੱਜ ਵੀ ਉਹ 2-2 ਕਿਲੋ ਜਲੇਬੀਆਂ, 2-2 ਕਿਲੋ ਗਜਰੇਲਾ ਉਹ ਖਾ ਜਾਂਦੇ ਨੇ, 2-2 ਜਣੇ ਰੱਖ ਕੇ ਪਲੇਟ ਦੇ ਵਿੱਚ, ਥਾਲੀ ਦੇ ਵਿੱਚ। ਅਤੇ ਉਹ ਸਮਾਂ ਬਦਲਿਆ, ਸਮੇਂ ਤੌਰ ਬਦਲੇ। ਹੁਣ ਮੈਂ ਬ੍ਰੇਕ 'ਤੇ ਜਾਣ ਤੋਂ ਪਹਿਲਾਂ ਫਿਰ ਵਿਸ਼ੇ ਵਾਲੇ ਪਾਸੇ ਆਪਾਂ ਆਈਏ। ਅਤੇ ਸਮੇਂ ਦੇ ਨਾਲ ਜਿਹੜੀ ਇੱਕ ਹੋਰ ਚੀਜ਼ ਬਦਲੀ ਹੈ, ਜਿਵੇਂ ਅਸੀਂ ਕਹਿੰਦੇ ਹਾਂ ਪੈਸਾ ਵੀ ਬਦਲਿਆ, ਕਰੰਸੀ ਵੀ ਬਦਲੀ ਸਮੇਂ ਦੇ ਨਾਲ। ਦੁੱਕੀਆਂ ਤਿੱਕੀਆਂ, 1 ਪੈਸਾ ਵੀ ਹੁੰਦਾ ਸੀਗਾ, ਉਹ ਵੀ ਮੇਰੇ ਖਿਆਲ ਹੁਣ ਤਾਂ ਨਹੀਂ ਦਿਸਦਾ ਕਿਤੇ, ਉਹ ਕਿਤੇ ਫੋਟੋ ਫੋਟੋ ਤੋਂ ਦਿਖ ਜਾਂਦੀ ਹੈ। ਰੁਪਈਆ 2 ਰੁਪਈਏ ਹੁੰਦੇ ਸੀਗੇ, ਉਹ ਵੀ ਅੱਜ ਕੱਲ੍ਹ ਨਹੀਂ ਦਿਸਦੇ। ਸੋ ਅਸੀਂ ਗੱਲ ਕਰਨੀ ਹੈ ਕਿ ਪਹਿਲੇ ਸਮੇਂ ਦੇ ਵਿੱਚ ਬੈਂਕਾਂ ਕਿਹੜੀਆਂ ਹੁੰਦੀਆਂ ਸੀਗੀਆਂ, ਪੈਸਾ ਸਾਂਭਣ ਦਾ ਕੀ ਤਰੀਕਾ ਹੁੰਦਾ ਸੀਗਾ, ਪੈਸਾ ਕੋਈ ਬੈਂਕ ਨਹੀਂ ਹੁੰਦੀ ਸੀ, ਕਿੱਥੇ ਪੈਸਾ ਸਾਂਭਦੇ ਸੀ, ਕਿੱਥੇ ਜਾਂ ਲੁਕੋਇਆ ਜਾਂਦਾ ਸੀ ਚੋਰਾਂ ਤੋਂ ਬਚਣ ਲਈ, ਕੀ ਪੈਸੇ ਦਾ ਕੀਤਾ ਜਾਂਦਾ ਸੀ। ਅੱਜ ਕੱਲ੍ਹ ਤਾਂ ਹੁਣ ਜਿਹੜੀ ਹੈਗੀ ਆ ਗਹਿਣੇ ਰੱਖਣ ਵਾਸਤੇ, ਸਾਰਾ ਕੁਛ ਕਰਨ ਵਾਸਤੇ ਲੋਕਰ ਬੜੇ ਆ ਗਏ, ਲੋਕਰਾਂ ਦੇ ਵਿੱਚ ਰੱਖ ਦਿੰਦੇ ਨੇ ਪੈਸੇ, ਜਿਹੜੇ ਉਹ ਬੈਂਕਾਂ ਦੇ ਵਿੱਚ ਰੱਖ ਦਿੰਦੇ ਨੇ। ਕ੍ਰੈਡਿਟ ਕਾਰਡ ਹੈਗਾ, ਕ੍ਰੈਡਿਟ ਕਾਰਡ ਦਾ ਉਹ ਮਤਲਬ ਜੇ ਕਿਸੇ ਦੇ ਸੂਤ ਲੱਗ ਜਾਏ ਤਾਂ ਚੋਰੀ ਕਰ ਲਿਆ ਤਾਂ ਵਰਤ ਵੀ ਲੈਂਦੇ ਨੇ, ਐਸੀ ਗੱਲ ਨਹੀਂ, ਪਰ ਫਿਰ ਵੀ ਅੱਗੇ ਨਾਲੋਂ ਉਹ ਚੀਜ਼ ਹੈ ਨਹੀਂ। ਸੋ ਮੇਰਾ ਸਵਾਲ ਜਿਹੜਾ ਸਾਡੇ ਦਰਸ਼ਕਾਂ ਵਾਸਤੇ, ਸਮਾਂ ਬਦਲਿਆ, ਸਮੇਂ ਦੇ ਤੌਰ ਬਦਲੇ,
ਸਮੇਂ ਦੇ ਤੌਰ ਦੇ ਨਾਲ ਕਿਹੜੀ ਕਿਹੜੀ ਕਰੰਸੀ ਜਿਹੜੀ ਹੈ ਤੁਸੀਂ ਜਾਣਦੇ ਹੋ, ਕਿਹੜੀ ਕਿਹੜੀ ਕਰੰਸੀ ਤੁਸੀਂ ਵਰਤੀ ਹੈ, ਘੱਟ ਤੋਂ ਘੱਟ ਪੁਰਾਣੀ ਤੋਂ ਪੁਰਾਣੀ ਕਰੰਸੀ ਕਿਹੜੀ ਸੀ, ਕਿਹੜੇ ਤਰੀਕੇ ਬੈਂਕਾਂ ਕਿਹੜੀਆਂ ਹੁੰਦੀਆਂ ਸੀ ਉਦੋਂ। ਔਰ ਮੇਰਾ ਤਾਂ ਖਿਆਲ ਇਹ ਹੈ ਕਿ ਉਦੋਂ ਬੈਂਕਾਂ ਜਿਹੜੀਆਂ ਹੁੰਦੀਆਂ ਸੀਗੀਆਂ ਉਹ ਜਰਾਬਾਂ ਹੁੰਦੀਆਂ ਸੀਗੀਆਂ। ਯਾਦ ਆ ਗਿਆ ਹੁਣ, ਜਰਾਬਾਂ ਦੇ ਵਿੱਚ ਪੈਸੇ ਹੋਣੇ ਤਾਂ ਜਰਾਬਾਂ ਦੇ ਵਿੱਚ ਫਸਾ ਲੈਂਦੇ ਹੁੰਦੇ ਸੀ ਪੈਸੇ, ਅਤੇ ਉਹ ਜਰਾਬ ਕਈ ਵਾਰੀ ਪਾਟ ਜਾਂਦੀ ਸੀ ਅਤੇ ਫਿਰ ਘਰਦੇ ਇਹ ਕਹਿੰਦੇ ਸੀ ਵੀ ਮੇਰੀ ਬੈਂਕ ਪਾਟ ਗਈ ਬਾਪੂ, ਮੈਨੂੰ ਬੈਂਕ ਨਵੀਂ ਲੈ ਦਿਓ। ਸੋ ਜਰਾਬਾਂ ਦੇ ਵਿੱਚ ਵੀ ਲਗਾਉਂਦੇ ਰਹੇ ਪੈਸੇ, ਸਾਂਭਦੇ ਰਹੇ ਹਾਂ। ਹੋਰ ਕਿੱਥੇ ਕਿੱਥੇ ਕਈ ਪਜਾਮੇ ਦੇ ਨੇਫੇ ਦੇ ਵਿੱਚ ਵੀ ਪੈਸੇ ਲੁਕਾਉਂਦੇ ਹੁੰਦੇ ਸੀ, ਸਾਂਭਦੇ ਹੁੰਦੇ ਸੀ ਕਹਿ ਲਓ, ਜਾਂ ਲੁਕਾਉਂਦੇ ਹੁੰਦੇ ਸੀ, ਜਾਂ ਹੋਰ ਕਿਹੜੇ ਕਿਹੜੇ ਤਰੀਕੇ ਸੀ ਅਤੇ ਕਿਹੜੀ ਕਿਹੜੀ ਕਰੰਸੀ ਸੀਗੀ, ਇਹਦੇ ਬਾਰੇ ਅੱਜ ਆਪਾਂ ਤੁਹਾਡੇ ਨਾਲ ਗੱਲਬਾਤ ਕਰਨੀ ਆ। ਅਤੇ ਬ੍ਰੇਕ ਤੋਂ ਬਾਅਦ ਫਿਰ ਮੈਂ ਕਾਲਾਂ ਜਿਹੜੀਆਂ ਤੁਹਾਡੀਆਂ ਲੈਣੀਆਂ ਸ਼ੁਰੂ ਕਰ ਦੇਣੀਆਂ ਆ। ਅਤੇ ਬ੍ਰੇਕ ਤੋਂ ਬਾਅਦ ਪੁਰਾਣੀ ਗੱਲ, ਪੁਰਾਣੀ ਬੈਂਕਾਂ, ਪੁਰਾਣੀ ਮੈਂ ਹੁਣ ਪੰਜ ਚਾਰ ਗੱਲਾਂ ਕੀਤੀਆਂ, ਕੋਈ ਵੀ ਉਸ ਸਮੇਂ ਦੀ ਗੱਲ ਸਾਂਝੀ ਕਰਨੀ ਚਾਹੋ। ਸਾਂਝੀ ਤੋਂ ਭਾਵ ਇਹ ਹੁੰਦਾ ਕਿ ਬੱਚੇ ਵੀ ਪ੍ਰੋਗਰਾਮ ਦੇਖਦੇ ਨੇ, ਨੌਜਵਾਨ ਮੁੰਡੇ ਕੁੜੀਆਂ ਵੀ ਪ੍ਰੋਗਰਾਮ ਦੇਖਦੇ ਨੇ। ਅਸੀਂ ਆ ਸਕੂਲ ਦੇ ਵਿੱਚ ਗਏ ਸੀ, ਉੱਥੇ ਬੜੀ ਖੁਸ਼ੀ ਹੋਈ ਵੀ ਸਾਡੀ ਮੋਮ, ਮੇਰੇ ਮੋਮ ਤੁਹਾਡੇ ਪ੍ਰੋਗਰਾਮ ਦੇਖਦੇ ਹੁੰਦੇ, ਫਿਰ ਅਸੀਂ ਵੀ ਵਾਚ ਕਰ ਲੈਂਦੇ ਹਾਂ ਕਦੇ ਕਦੇ, ਅਤੇ ਉਹ ਬੜੀ ਖੁਸ਼ੀ ਹੁੰਦੀ, ਬੱਚੇ ਵੀ ਨਾਲ ਜੁੜਦੇ ਨੇ। ਬੱਚਿਆਂ ਨੂੰ ਇਹ ਚੀਜ਼ ਦੱਸਣੀ ਆ ਵੀ ਜਿਹੜੇ ਅੱਜ ਕਹਿੰਦੇ ਜੀ $100 ਦਾ ਕੀ ਆਉਂਦਾ, ਅਤੇ ਉਦੋਂ ਪੁੱਛੋ ਵੀ ਉਦੋਂ ਕਿੰਨੇ ਦਾ ਕੀ ਆਉਂਦਾ ਸੀਗਾ। ਪੁਰਾਣੀ ਕਰੰਸੀ, ਪੁਰਾਣੇ ਪੈਸਿਆਂ ਦੀ ਵਰਤੋਂ, ਪੁਰਾਣੇ ਪੈਸਿਆਂ ਦੀ ਸਾਂਭ ਸੰਭਾਲ, ਅਤੇ ਪੁਰਾਣੇ ਪੈਸਿਆਂ ਦਾ ਇਨਕਮ ਜਿਹੜੀ ਹੈ ਉਹ ਕਿੱਦਾਂ ਹੁੰਦੀ ਸੀ, ਕਿੱਥੋਂ ਹੁੰਦੀ ਸੀ, ਕੀ ਹੁੰਦਾ ਸੀਗਾ, ਇਹ ਆਪਾਂ ਅੱਜ ਤੁਹਾਡੇ ਨਾਲ ਗੱਲਬਾਤ ਕਰਨੀ ਆ। ਫਿਲਹਾਲ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਫਿਰ ਤੁਹਾਡੀਆਂ ਕਾਲਾਂ ਲਵਾਂਗੇ, ਦੇਖਦੇ ਰਹੋ ਜਸ ਪੰਜਾਬੀ। ਜੀ ਹਾਜ਼ਰ, ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਜੈਨੂ ਜਲਵੇ ਜੱਗੀ ਦੇ ਪ੍ਰੋਗਰਾਮ ਲੈ ਕੇ, ਅੱਜ ਗੱਲ ਫਿਰ ਪੁਰਾਣੀ ਚੱਲ ਰਹੀ, ਔਰ ਪਤਾ ਨਹੀਂ ਹਜੇ ਹੋਰ ਕੀ ਨਹੀਂ ਲੱਭਣਾ ਆਉਣ ਵਾਲੇ ਸਮੇਂ ਦੇ ਵਿੱਚ। ਸੋ ਪੁਰਾਣੇ ਸਮਿਆਂ ਦੀ ਗੱਲ ਸਾਡੇ ਦਰਸ਼ਕਾਂ ਨਾਲ ਯਾਦਾਂ ਤਾਜ਼ੀਆਂ ਕਰ ਰਹੇ ਹਾਂ। ਤੁਸੀਂ ਵੀ ਨੰਬਰ ਜਿਹੜਾ ਸਕਰੀਨ 'ਤੇ ਆ ਰਿਹਾ ਡਾਇਲ ਕਰਕੇ ਆਪਣੇ ਦਿਲ ਦੀ ਗੱਲ, ਆਪਣੇ ਦਿਲ ਦੇ ਵਲਵਲੇ ਲੱਖਾਂ ਪੰਜਾਬੀਆਂ ਦੇ ਨਾਲ ਸਾਂਝੇ ਕਰ ਸਕਦੇ ਹੋ। ਕਾਲਾਂ ਸਿਲਸਿਲਾ ਸ਼ੁਰੂ ਕਰਦੇ ਹਾਂ। ਹੈਲੋ, ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ, ਹਾਂਜੀ ਸਰ, ਰਾਜਕੁਮਾਰ ਜੀ, ਕੀ ਹਾਲ ਹੈ ਜੀ? ਹਾਂਜੀ ਵਧੀਆ ਜੀ, ਵਧੀਆ। ਉਹ ਮੈਂ ਤੇ ਅੱਜ ਯਾਦ ਕਿਹਨੂੰ ਕਰ ਬੈਠਾ, ਤੁਹਾਨੂੰ ਤੇ ਯਾਦ ਕਰੀਦਾ ਸੀਗਾ, ਤੇ ਮੈਂ ਪਰਲੀ ਭਾਜੀ ਤੇ ਲਵ ਯੂ ਨੂੰ ਤੇ ਉਹਨੂੰ ਯਾਦ ਕਰਦਾ ਰਿਹਾ। ਮੇਰੇ ਪ੍ਰੋਗਰਾਮ ਦਾ ਨਹੀਂ ਬਾਹਲਾ ਪਤਾ ਲੱਗਿਆ ਮੇਰੇ ਖਿਆਲ, ਹਜੇ ਮੈਂ ਪਿਛਲੇ ਹਫ਼ਤੇ ਸ਼ੁਰੂ ਕੀਤਾ ਵੀ, ਮੈਂ ਹੁਣ ਮੈਂ ਹੀ ਪ੍ਰੋਗਰਾਮ ਕਰਦਾ, ਉਹਨਾਂ ਦਾ ਪ੍ਰੋਗਰਾਮ ਬੰਦ ਹੋ ਗਿਆ। ਮੈਂ ਕਿਹਾ ਮੈਂ ਕਿਹਾ ਸੁੱਖ ਹੈ ਲਵ ਜੀ ਨੂੰ ਯਾਦ ਕਰਦੇ ਸੀ ਮੈਂ ਇੱਕ ਦਿਨ ਮੈਂ ਕਾਲ ਕੀਤੀ ਮੈਂ ਤੁਹਾਨੂੰ ਦੱਸਾਂ ਭੁੱਲ ਕੇ ਨਾ ਕਾਲ ਕਰ ਬੇਟਾ ਤੁਹਾਡਾ ਕਾਲ ਤੁਹਾਡੇ ਤੂੰ ਆਉਣਾ ਤੇ ਮੈਂ ਸ਼ੁਗਲ ਨਾਲ ਕਹਿ ਬੈਠਾ ਰਹਿੰਦਾ ਸਭ ਕੀ ਹਾਲ ਆ ਉਹ
ਮੈਂ ਕਿਹਾ ਜੈਨ ਸਾਹਿਬ ਉਹਨਾਂ ਦਾ ਬੜਾ ਪਿਆਰ ਆ, ਅਟੈਂਡ ਨਹੀਂ ਕਰਦੇ ਚਲੋ ਕੋਈ ਗੱਲ ਨੀ, ਬੜੇ ਅੱਛੇ ਆ, ਏਦਾਂ ਦਾ ਪ੍ਰੋਗਰਾਮ ਦਿੰਦੇ ਆ, ਚਲੋ ਜਿੱਦਾਂ ਦੇ ਦਿੰਦੇ ਠੀਕ ਆ, ਤੇ ਜਿਵੇਂ ਦੇ ਨਹੀਂ ਹੋਣੇ ਤੁਸੀਂ ਮਤਲਬ ਲੈਣਾ ਹੀ ਆ, ਦੇਖਣਾ ਹੀ ਪੈਣਾ, ਪੰਜਾਬੀ ਦੇਖਣ ਦੇ ਆਏ ਆ, ਤੇ ਜਿਹੜਾ ਪੁਰਾਣੇ ਜ਼ਮਾਨੇ ਵਿੱਚ ਪੈਸੇ ਰੱਖਣ ਦੀ ਗੱਲ ਕਰਦੇ ਹੋ ਜੀ, ਪੈਸੇ ਰੱਖਣ ਦੀ ਜਾਂ ਇੱਕ ਮਾੜਾ ਹੋਟਲ ਤੋਂ ਪੈਸੇ ਰੱਖਣ ਦੀ ਜਾਂ ਮੈਂ ਗੱਲ ਕਰ ਰਿਹਾ, ਜਾਂ ਅਸੀਂ ਇਹ ਵੀ ਗੱਲ ਕਰ ਸਕਦੇ ਹਾਂ ਕਿ ਸ਼ੇਅਰ ਦੇ ਵਿੱਚ ਜਿਵੇਂ ਕਿਹਾ ਵੀ ਆਹ ਚੀਜ਼ ਆਉਣ ਵਾਲੇ ਸਮੇਂ 'ਚ ਨਹੀਂ ਲੱਭਣੀ, ਆਹ ਚੀਜ਼ ਨਹੀਂ ਲੱਭਣੀ, ਤੁਹਾਡੇ ਹਿਸਾਬ ਨਾਲ ਹੋਰ ਕੀ ਨਹੀਂ ਲੱਭਣਾ, ਇਹ ਵੀ ਗੱਲਬਾਤ ਕਰ ਸਕਦੇ। ਹੈਲੋ, ਹਾਂਜੀ 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 ਬੋਲੋ ਬੋਲੋ, ਤੁਹਾਡੀ ਰਾਜਕੁਮਾਰ ਜੀ ਬੋਲੋ। ਮੈਂ ਤੇ ਕਹਿ ਰਿਹਾ ਜੋ ਮੈਂ ਕਹਿੰਦੇ ਮੈਂ ਸਿਫਟ ਕਰਨੀ ਕਿਉਂ ਹੋਈ, ਕਿਉਂਕਿ ਪ੍ਰੋਗਰਾਮ ਬਹੁਤ ਵਧੀਆ ਹੁੰਦਾ ਸੀ ਜੀ। ਮੈਂ ਹਾਂਜੀ, ਆਪਾਂ ਹੁਣ ਵਿਸ਼ੇ ਦੀ ਗੱਲ ਕਰ ਰਹੇ ਕਿ ਤੁਸੀਂ ਹਜੇ ਉੱਥੇ ਹੀ ਹੋ ਲਵ ਜੁਤੇ? ਮੈਂ ਵਿਸ਼ੇ ਦੀ ਗੱਲ ਕਰਦਾ ਜੀ ਹੁਣ। ਹਾਂਜੀ, ਵਿਸ਼ੇ ਦੀ ਆਪਾਂ ਗੱਲ ਕਰਦੇ ਹਾਂ। ਜਮਾਨੇ ਵਿੱਚ ਪੁਰਾਣੇ ਜਮਾਨੇ ਵਿੱਚ ਕੁੱਜੀਆਂ ਹੁੰਦੀਆਂ, ਕੁੱਜੀਆਂ ਹਾਂਜੀ, ਉਹਨਾਂ ਦੇ ਵਿੱਚ ਪਾ ਕੇ ਦੱਬ ਲੈਂਦੇ ਹੁੰਦੇ ਸੀ ਬੰਦੇ, ਕੁੱਜੀਆਂ ਦੇ ਵਿੱਚ ਹੁੰਦੇ ਸੀਗੇ, ਉਹ ਦੱਬ ਲੈਂਦੇ ਹੁੰਦੇ ਸੀਗੇ, ਚਾਂਦੀ ਦੇ ਰੁਪਈਏ ਹੋਏ, ਚਾਂਦੀ ਦੇ ਹੁੰਦੇ ਸੀਗੇ ਪਹਿਲਾਂ, ਚਾਂਦੀ ਹੁੰਦੇ ਸੀ ਜਾਂ ਵੱਡੇ ਹੁੰਦੇ ਸੀਗੇ, ਤੇ ਉਹਨਾਂ ਨੂੰ ਦੱਬ ਕੇ ਤੇ ਪੱਖੇ ਰੱਖ ਲੈਣਾ, ਹਨਾ, ਸੋਨਾ ਸੋਨਾ ਤਾਂ ਬਿਲਕੁਲ ਵੱਖਰਾ ਹੀ ਰੱਖਦੇ ਸੀਗੇ, ਦੱਬ ਕੇ ਰੱਖਦੇ ਸੀ ਕੋਈ। ਅੱਛਾ, ਜਿਹੜਾ 47 ਤੋਂ ਬਾਅਦ ਜਦੋਂ ਕੋਈ ਮਕਾਨ ਪੂਨੇ ਤੇ ਉਧਰੋਂ ਪਾਉਂਦੇ ਸੀ, ਕਹਿੰਦੇ ਵੀ ਥੱਲੇ ਘੜਾ ਨਿਕਲਿਆ, ਥੱਲੇ ਖਜ਼ਾਨਾ ਨਿਕਲਿਆ, ਫਿਰ ਉਹ ਚੀਜ਼ਾਂ ਹੁੰਦੀਆਂ ਹੋਣਗੀਆਂ ਉਹ? ਹਾਂਜੀ, ਮੈਂ ਜੀ ਕਹਿੰਦੇ ਜਾਣਦੇ ਹੋਣੇ ਖਜ਼ਾਨਚੰਦ ਹੋਣਾ ਨੂੰ,
ਟੈਕੁਟ ਵਾਲੇ ਹਾਂਜੀ ਉਹਨਾਂ ਦੇ ਨਿਕਲਿਆ ਸੀ ਘੜਾ ਸ਼ਾਹਕੋਟ ਪੂਰਨੀ ਸ਼ਾਹਕੋਟੀ ਉਹਨਾਂ ਦਾ ਘਰ ਹੁੰਦਾ ਸੀਗਾ ਇਹਨਾਂ ਦੇ ਪਿੱਛੇ ਜੀ ਤੇ ਅਗਲੇ ਪਾਸੇ ਸੜਕ ਤੇ ਇਹਨਾਂ ਦਾ ਹੁੰਦਾ ਸੀ ਅੱਛਾ ਉੱਥੋਂ ਨਿਕਲਿਆ ਸੀ ਘੜਾ ਇਹਨਾਂ ਦਾ ਜੀ 600 ਰੁਪਇਆ ਨਿਕਲਿਆ ਸੀਗਾ ਤੇ ਉਦੋਂ ਪੈਸੇ ਵੀ ਕੀਮਤੀ ਚੰਗੀ ਹੁੰਦੀ ਸੀ 600 ਰੁਪਇਆ ਕਿਹੜੇ ਸਮੇਂ ਦੀ ਗੱਲ ਕਿਹੜੇ ਸਮੇਂ ਦੀ ਗੱਲ ਮੇਰੇ ਜਨਮ ਤੋਂ ਬਾਅਦ ਵਿਆਹ ਹੋਇਆ ਇਹਨਾਂ ਦਾ 87-86 ਲੈ ਲੈ ਲਾਗੀ ਵਾਲੀ ਉਸ ਸਮੇਂ 600 ਰੁਪਇਆ ਬਹੁਤ ਹੁੰਦਾ ਸੀ ਬਹੁਤ ਜੀ ਉਹਨਾਂ ਦੇ ਇੱਕ ਕਿਸਮ ਦਾ ਹਿੱਸਾ ਮਿਲ ਗਿਆ ਸੀ ਇਹਨਾਂ ਨੂੰ ਕਹਿੰਦਾ ਮੇਰੀ ਡੈਡੀ ਪੈਸੇ ਪੈ ਦੇਗਾ ਮੈਨੂੰ ਅੱਛਾ ਜਿਵੇਂ ਉਹਨੇ ਹਾਂਜੀ ਹਾਂਜੀ ਤੁਸੀਂ ਬੋਲੋ ਮੈਂ ਕਿਹਾ ਜਿਵੇਂ ਉਹਨਾਂ ਨੇ ਕਿਹਾ ਵੀ ਸਟੀਲ ਦੀ ਥਾਲੀ ਵੀ ਨਹੀਂ ਲੱਭਣੀ ਉਹ ਵੀ ਤਕਰੀਬਨ ਗਾਇਬ ਹੋ ਗਈ ਹੈ ਤੂੜੀ ਪਰਾਲੀ ਨਹੀਂ ਲੱਭਣੀ ਤੇ ਕਾਕੇ ਨੂੰ ਮਾਸੀ ਨਹੀਂ ਲੱਭਣੀ ਤੇ ਭਾਪੇ ਨੂੰ ਸਾਲੀ ਨਹੀਂ ਲੱਭਣੀ ਤੇ ਹੋਰ ਕਿਹੜੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਗਾਇਬ ਹੋ ਸਕਦੀਆਂ ਕੋਈ ਲੱਭਦਾ ਜੀ ਇੰਨੇ ਜਿਉਂ ਚ ਕੋਈ ਲੱਭਦਾ ਵੀ ਤੇ ਮੇਰਾ ਵੀਰ ਲੱਭਦਾ ਜੀ ਜੀ ਅਸੇ ਹੀ ਲੱਭੀ ਜਾਵੇ ਜੀ ਚਲੋ ਸ਼ੁਕਰ ਮਿਲੇ ਅਸੇ ਹੀ ਦੇਤਾ ਰਵੇ ਮੈਨੂੰ ਪਰ ਨਾਲ ਦੀ ਨਾਲ ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਵੀ ਅਸੀਂ ਪੁਰਾਣੀਆਂ ਚੀਜ਼ਾਂ ਵਾ ਜਿਹੜੀਆਂ ਹੈਗੀਆਂ ਸਾਡੇ ਮੈਨੂੰ ਤੇ ਕਈ ਵਾਰ ਹੁਣ ਮੈਨੂੰ ਬੈਠੇ ਬੈਠੇ ਸ਼ੁਕਰ ਆਇਆ ਮੈਂ ਕਿਹਾ ਦੱਸ ਕਿੰਨੇ ਚਾਹੇ ਲੱਭ ਦਿਓ ਠੀਕ ਹੈ ਚਲੋ ਬੜੀ ਮਿਹਰਬਾਨੀ ਰਾਜਕੁਮਾਰ ਜੀ ਕਾਲ ਕਰਨ ਵਾਸਤੇ ਚਲੋ ਜੀ ਰੱਬ ਭਲਾ ਕਰੇ ਸਭ ਧੰਨਵਾਦ ਤੁਹਾਡਾ ਹੈਲੋ ਹੈਲੋ ਜੀ ਹਾਂਜੀ ਸੁਰਿੰਦਰ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਜੀ ਜੱਗੀ ਵੀਰੇ ਬਹੁਤ ਵਧੀਆ ਜੀ ਆਸ਼ੀਰਵਾਦ ਤੁਹਾਡਾ ਕਿਰਪਾ ਪਰਮਾਤਮਾ ਦੀ ਬਸ ਬਹਿਜਾ ਬਹਿਜਾ ਜੀ ਬੱਲੇ ਬੱਲੇ ਬਸ ਚਲੋ ਪੁਰਾਣੀਆਂ ਯਾਦਾਂ ਅੱਜ ਕੱਢ ਰਹੇ ਫਿਰ ਮੈਂ ਸ਼ੁੱਕਰਵਾਰ ਆਪਣੀ ਕੋਸ਼ਿਸ਼ ਇਹੀ ਹੁੰਦੀ ਹੈ ਪਿਛਲੀ ਵਾਰ ਸ਼ਾਇਦ ਤੁਸੀਂ ਪਿਛਲੀ ਵਾਰ ਜਿਹੜੇ ਸਾਜ ਸਾਡੇ ਗੁਰੂ ਸਾਹਿਬਾਨਾਂ ਦੇ ਸੀ ਉਹਨਾਂ ਦੀ ਮੈਂ ਜ਼ਿਕਰ ਕੀਤਾ ਸੀ ਉਹਨਾਂ ਦੇ ਫਿਰ ਦਿਖਾਏ ਵੀ ਸੀਗੇ ਅੱਛਾ ਜੀ ਤੇ ਵੀ ਚਲੋ ਉਹ ਚੀਜ਼ਾਂ ਜਿਹੜੀਆਂ ਪਤਾ ਨਹੀਂ ਹੈਗੀਆਂ ਸਾਨੂੰ ਬਹੁਤ ਸਾਰੇ ਲੋਕਾਂ ਨੂੰ ਨਹੀਂ ਪਤਾ ਬਹੁਤ ਸਾਰਿਆਂ ਨੂੰ ਪਤਾ ਹੋ ਵੀ ਸਕਦੀਆਂ ਨੇ ਅੱਜ ਦਾ ਦਿਨ ਦਾ ਮਕਸਦ ਇਹੀ ਹੁੰਦਾ ਵੀ ਅਸੀਂ ਉਹ ਚੀਜ਼ਾਂ ਸਾਂਝੀਆਂ ਕਰੀਏ ਤੇ ਅੱਜ ਵੀ ਉਹੀ ਗੱਲਾਂ ਬਾਤਾਂ ਪੁਰਾਣੀਆਂ ਜਿਹੜੀਆਂ ਪੁਰਾਣੀ ਕਰੰਸੀ ਦੀ ਗੱਲ ਤੁਸੀਂ ਪੁਰਾਣੇ ਤੋਂ ਪੁਰਾਣਾ ਕਿਹੜਾ ਦੇਖਿਆ ਹੋਇਆ ਪੈਸਾ ਨਿੱਕੇ ਹੁੰਦਿਆਂ ਦੀ ਗੱਲ ਕਰੀਏ ਪੰਜੀ ਦੇਖੀ ਦੁੱਕੀ ਦੇਖੀ ਸੀ ਜੀ ਤੇ ਦਸੀ ਤੇ ਉਦੋਂ ਪਹਿਲਾਂ ਕੀ ਹੁੰਦਾ ਸੀਗਾ ਇਹ ਕਿਤੇ ਇੱਕ ਪੈਸਾ ਦੁੱਕੀ ਤਿੱਕੀ ਪਹਿਲਾਂ ਕੋਈ ਗਲੀ ਵਾਲਾ ਪੈਸਾ ਇੱਕ ਹੁੰਦਾ ਸੀ ਉਹ ਇੱਕ ਪੈਸਾ ਹੁੰਦਾ ਸੀ ਇੱਕ ਜਿਹੜਾ ਪੈਸਾ ਹੁੰਦਾ ਸੀ ਉਹ ਪਤਾ ਨਹੀਂ ਕਿੰਨੇ ਪੈਸੇ ਹੁੰਦੇ ਸੀ ਉਹਦੇ ਬਾਰੇ ਤਾਂ ਨਹੀਂ ਪਤਾ ਆਨੇ ਤੋਂ ਪਹਿਲਾਂ ਕੀ ਹੁੰਦਾ ਸੀ ਆਨੇ ਹੁੰਦੇ ਸੀ ਜਦੋਂ ਆਨਾ ਤੇ ਇੱਕ ਮੋਰੀ ਵਾਲੇ ਪੈਸੇ ਵੀ ਹੁੰਦੇ ਸੀ ਪਹਿਲਾਂ ਉਹੀ ਉਹ ਗਲੀ ਵਾਲਾ ਪੈਸਾ ਨੂੰ ਕਹਿੰਦੇ ਸੀ ਜਿੱਦਾਂ ਗੋਲ ਜਿਹਾ ਵਿੱਚੋਂ ਉਹ ਨਾਂਤੀ ਵਰਗਾ ਹੁੰਦਾ ਸੀ ਮਾੜਾ ਜਿਹਾ ਹੋਲਡ ਰੱਖਿਓ ਮਾੜਾ ਜਿਹਾ ਹੋਲਡ ਰੱਖਿਓ ਅੱਛਾ ਜੀ ਮੋਰੀ ਵਾਲਾ ਪੈਸਾ ਵੀ ਕਹਿੰਦੇ ਸੀ ਉਹਨੂੰ ਛੋਟੇ ਪੈਸੇ ਹੁੰਦੇ ਸੀ ਹਾਂਜੀ ਹਾਂਜੀ ਸੁਰਿੰਦਰ ਸਿੰਘ ਜੀ ਹਾਂਜੀ ਤੇ ਆਹੀ ਤਾਂ ਅਸੀਂ ਦੇਖਿਆ ਪੈਸਾ ਦੇਖਿਆ ਜਦੋਂ ਸਿਲਵਰ ਜੀ ਦੇ ਹੁੰਦੇ ਦੁੱਕੀ ਦਸੀ ਪੰਜੀ ਨਹੀਂ ਉਸ ਤੋਂ ਪਹਿਲਾਂ ਕਿਹੜੀ ਕਰੰਸੀ ਹੁੰਦੀ ਸੀ ਇਹ ਮੇਰੇ ਖਿਆਲ ਇਹ ਜਿਹੜੀ ਕਰੰਸੀ ਹੈ ਸ਼ਾਇਦ 1947 ਤੋਂ ਬਾਅਦ ਆਏ ਸੀ ਇਹ ਹਾਂ ਜੋ ਪਹਿਲਾਂ ਉਹੀ ਹੁੰਦੀ ਸੀ ਜਿਹੜੀ ਉਹ ਇੱਕ ਪੈਸਾ ਹੁੰਦਾ ਸੀ ਪਤਾ ਨਹੀਂ ਟਕਾ ਹੁੰਦਾ ਸੀ ਉਹਦੀਆਂ ਦੀ ਬੜੀ ਕੀਮਤ ਹੁੰਦੀ ਸੀ ਜੀ ਹਾਂਜੀ ਟਕਾ ਜਿਹੜਾ ਹੁੰਦਾ ਸੀ ਟਕਾ ਵੀ ਸੁਣਿਆ ਹਾਂਜੀ ਤੇ ਇੱਕ 16 ਆਨੇ ਜਦ ਕਿ ਜੇ 16 ਆਨੇ ਗਿਣੀਏ ਇੱਕ ਆਨੇ ਤੇ 6 ਪੈਸੇ ਵੀ ਗਿਣੀਏ ਤੇ 1696 ਗਏ ਬਣਦੇ ਨੇ ਤੇ ਆਪਾਂ 1 ਰੁਪਏ ਚ ਕਹਿੰਦੇ 16 ਆਨੇ ਹੁੰਦੇ ਆਹੋ ਇਹ ਕੋਈ ਪਤਾ ਨਹੀਂ ਕੀ ਤੋਲ ਮਾਰ ਗਿਆ ਇਹਦੇ ਬਾਰੇ ਤਾਂ ਹੁਣ ਪੁਰਾਣਿਆਂ ਬਜ਼ੁਰਗਾਂ ਨੂੰ ਪਤਾ ਆਪਾਂ ਨੂੰ ਇਹ ਬਾਰੇ ਤਾਂ ਨਹੀਂ ਬੜਾ ਪਤਾ ਜੀ ਕਹਿੰਦੇ ਨਾ ਗੱਲ ਤੇਰੀ 16 ਆਨੇ ਸੱਚ ਆ ਹਾਂ ਹਾਂ ਹੈ ਤਾਂ 16 ਆਨੇ ਦਾ ਰੁਪਈਆ ਕਹਿੰਦੇ ਬਣਦਾ ਆ ਕੋਈ ਹੋਊਗਾ ਲੌਜਿਕ ਉਹਨਾਂ ਦਾ ਕੋਈ ਹੋਰ ਯਾਦ ਪੁਰਾਣੀ ਸਾਂਝੀ ਕਰਨੀ ਚਾਹੁੰਦੇ ਹੋ ਕਰੰਸੀ ਨਾਲ ਸੰਬੰਧਿਤ ਕੋਈ ਪੈਸੇ ਨਾਲ ਸੰਬੰਧਿਤ ਕਿੱਥੇ ਸਾਂਭਦੇ ਹੁੰਦੇ ਸੀ ਕੀ ਕਰਦੇ ਹੁੰਦੇ ਸੀ ਜਰਾਬਾਂ ਦੇ ਵਿੱਚ ਵੀ ਪਾ ਕੇ ਰੱਖਦੇ ਰਹੇ ਪੈਸੇ ਇਹ ਤਾਂ ਮੇਰੇ ਖਿਆਲ ਬਾਹਲੀ ਪੁਰਾਣੀ ਗੱਲ ਨਹੀਂ ਹੈ ਜਰਾਬਾਂ 'ਚ ਪਜਾਮੇ ਅਸੀਂ ਇੱਧਰ ਦੇਖੇ ਗੁਜਰਾਤੀ ਜਿਹੜੇ ਗੱਠੇ ਗੁੱਠੇ ਵੇਚਣਾ ਦਿੱਲੀ ਉਹਨਾਂ ਨੇ ਬੌਂਸਰੀਆਂ ਜਿਹੀਆਂ ਬਣਾਈਆਂ ਦਾ ਉਹਦੇ 'ਚ ਪਾ ਕੇ ਗੋਲ ਜਿਹੀ ਹੁੰਦੀ ਖੱਦਰ ਦੀ ਉਹ ਲੱਕ ਨਾਲ ਬੰਨ ਲੈਂਦੇ ਸੀ ਅੱਛਾ ਤੇ ਆਪਣੇ ਬੁੜੀਆਂ ਬਾਜ ਵੇਲੇ ਹੈਂ ਫਤੂਈ ਆ ਗਈ ਫਿਰ ਫਤੂਈ ਦੇ ਵਿੱਚ ਪਾਉਣ ਲੱਗ ਪਏ ਪਾ ਕੇ ਉਹ ਆਪਣੇ ਇੱਧਰ ਪੰਜਾਬ ਵਾਲਾ ਸੀ ਜਿੱਦਾਂ ਉਹ ਗੁਜਰਾਤੀ ਹਜੇ ਵੀ ਉਹਨਾਂ ਕੋਲ ਬੌਂਸਰੀਆਂ ਹਜੇ ਵੀ ਉਹਦੇ 'ਚ ਪਾ ਕੇ ਬੰਨਦੇ ਉਹ ਪੈਸੇ ਜਿੱਦਾਂ ਅੱਛਾ ਲੱਕ ਨਾਲ ਬੰਨ ਲੈਣੀ ਹਾਂ ਤੇ ਬਾਕੀ ਆਪਣੇ ਦੱਬ ਦੁੱਬ ਦਿੰਦੇ ਨੇ ਜ਼ਮੀਨ 'ਚ ਕੁੱਜਿਆਂ 'ਚ ਪਾ ਕੇ ਦੱਬ ਦੇਣੇ ਕਈ ਆ ਹੁਣ ਜਿਹੜੇ ਉਸ ਬਾਲ ਦੇ ਬਜ਼ੁਰਗ ਸੀਗੇ ਉਹ ਕਹਿੰਦੇ ਸੀ ਕੋਈ ਵੀ ਸਾਡੀ ਜਿਹੜੀ ਬਿਲਡਿੰਗ ਬਣਾਈ ਉਹ ਸਾਬਤੀ ਨਹੀਂ ਵੇਚਣੀ ਤੁਸੀਂ ਢਾ ਕੇ ਵੇਚਣੀ ਆ ਅੱਛਾ ਤੇ ਪਤਾ ਨਹੀਂ ਅਸੀਂ ਕਿਹੜੀ ਬਿਲਡਿੰਗ ਦੇ ਵਿੱਚ ਕੀ ਦੱਬਿਆ ਇਹ ਨਹੀਂ ਪਤਾ ਕੋਈ ਸਾਡੀ ਬਿਲਡਿੰਗ ਸਾਬਤੀ ਨਹੀਂ ਵੇਚਣੀ ਕਮਾਲ ਹੈ ਜੀ ਇਹਨਾਂ ਦੀ ਜਿਹੜੇ ਹੁਣ ਅਸੀਂ ਪਾਕਿਸਤਾਨ ਦੀ ਗੱਲ ਕਰੀਏ ਜਾਂ ਇੱਧਰਲੀ ਗੱਲ ਕਰੀਏ ਤੇ ਬਹੁਤ ਲੋਕਾਂ ਨੂੰ ਜਦੋਂ ਘਰ ਢਾ ਕੇ ਬਣਾਏ ਆ ਪਹਿਲਾਂ ਕੱਚੇ ਹੁੰਦੇ ਸੀ ਹਾਂਜੀ ਪੱਕੇ ਬਣਾਉਣ ਵੇਲੇ ਜਦੋਂ ਫਿਰ ਪੱਟਦੇ ਹੁੰਦੇ ਇੰਨੀਆਂ ਤੇ ਥੱਲੇ ਠੰਡ ਠੰਡ ਦੀ ਜਦੋਂ ਆਵਾਜ਼ ਆਉਣੀ ਤਾਂ ਸਾਰਿਆਂ ਦੇ ਜਿਹੜੇ ਚਿਹਰੇ ਖੜ ਜਾਂਦੇ ਸੀ ਲੈ ਬਈ ਆ ਗਿਆ ਘੜਾ ਤੇ ਆ ਗਿਆ ਕੁੱਜਾ ਆ ਗਈ ਗਾਗਰ ਥੱਲਿਓ ਪੈਸਿਆਂ ਦੀ ਉਹ ਕਈ ਵਾਰੀ ਫਿਰ ਦੱਬੇ ਹੁੰਦੇ ਥੱਲਿਓ ਨਿਕਲਦੇ ਜਿੱਦਾਂ
ਜੀ, ਚਲੋ ਮਿਹਰਬਾਨੀ ਸੁਰਿੰਦਰ ਸਿੰਘ ਜੀ ਤੇ ਤੁਹਾਡੀ। ਬਾਕੀ ਉਹ ਪੁਰਾਣਾ ਜਿਹੜਾ ਜ਼ਮਾਨਾ ਸੀਗਾ, ਜਿਹੜਾ ਪਿਛਲਾ ਜ਼ਮਾਨਾ ਸੀਗਾ, ਜੱਗੀ ਵੀਰੇ, ਮਾੜਾ ਜਿਹਾ ਹੋਲਡ ਰੱਖਿਓ। ਹਾਂਜੀ, ਇੱਕ ਮਿੰਟ, ਮਾੜਾ ਜਿਹਾ ਹੋਲਡ ਰੱਖਿਓ ਵੈਸੇ ਜਿਹੜੀ। ਹਾਂਜੀ ਸੁਰਿੰਦਰ ਸਿੰਘ ਜੀ, ਆਪਾਂ ਬ੍ਰੇਕ ਲੈਣੀ ਪੈਣੀ ਆ। ਹਾਂਜੀ, ਕੀ ਕਹਿਣਾ ਚਾਹੁੰਦੇ? ਬੰਬੀ ਤੇ ਨਹਾਉਣ ਦਾ ਨਜ਼ਾਰਾ ਕੁਝ ਹੋਰ ਸੀ, ਤੂਤਾਂ ਥੱਲੇ ਸੌਣ ਦਾ ਨਜ਼ਾਰਾ ਕੁਝ ਹੋਰ ਸੀ, ਪੀਪੀ ਵਿੱਚ ਡੰਡਾ ਪਾ ਕੇ ਥੱਲੇ ਅੱਗ ਬਾਲ ਕੇ ਖੇਤਾਂ 'ਚ ਚਾਹ ਬਣਾਉਣ ਦਾ ਨਜ਼ਾਰਾ ਕੁਝ ਹੋਰ ਸੀ, ਘਰ ਵਾਲੀ ਦੇਈ ਜਾਂਦੀ ਪੂਣੇ ਵਿੱਚੋਂ ਕੱਢ ਕੇ ਖੇਤ ਰੋਟੀ ਮੰਗਾਉਣ ਦਾ ਨਜ਼ਾਰਾ ਕੁਝ ਹੋਰ ਸੀ, ਭਾਲ ਭਾਲ ਸੋਟੀ ਨਾਲ ਪੋਲੀ ਦੇ ਬੂਟਿਆਂ 'ਚੋਂ ਤਿੱਤਰ ਉਡਾਉਣ ਦਾ ਨਜ਼ਾਰਾ ਕੁਝ ਹੋਰ ਸੀ, ਬਲਦਾਂ ਦੇ ਪਿੱਛੇ ਪਿੱਛੇ ਹੇਕਾਂ ਲਾ ਕੇ ਗਾਈ ਜਾਣਾ ਹੀਰ ਰਾਂਝੇ ਗਾਉਣ ਦਾ ਨਜ਼ਾਰਾ ਕੁਝ ਹੋਰ ਸੀ, ਪਾਥੀਆਂ ਦੀ ਅੱਗ ਨਾਲ ਬੇਬੇ ਨੇ ਗਰਮ ਕੀਤਾ ਪਾਣੀ ਨਾਲ ਨਹਾਉਣ ਦਾ ਨਜ਼ਾਰਾ ਕੁਝ ਹੋਰ ਸੀ, ਗੁਲਾਮੀ ਵਾਲਾ ਆਖੇ ਕਿ ਤੂੰ ਵੇਲਾ ਮੁੜ ਆਵੇ, ਉਹ ਜ਼ਿੰਦਗੀ ਜਿਉਣ ਦਾ ਨਜ਼ਾਰਾ ਕੁਝ ਹੋਰ ਸੀ, ਉਹ ਜ਼ਿੰਦਗੀ ਜਿਉਣ ਦਾ ਨਜ਼ਾਰਾ ਕੁਝ ਹੋਰ ਸੀ। ਬਹੁਤ ਮਿਹਰਬਾਨੀ ਜੀ, ਬਹੁਤ ਮਿਹਰਬਾਨੀ। ਬ੍ਰੇਕ ਲੈਣੀ ਪੈਗੀ, ਬ੍ਰੇਕ ਤੋਂ ਬਾਅਦ ਫਿਰ ਤੁਹਾਡੀ ਕੱਲ ਲਵਾਂਗੇ, ਤੁਸੀਂ ਵੀ ਯਾਦ ਕਰ ਲਓ ਆਪਣੀ ਪੁਰਾਣੀ ਯਾਦ, ਕੋਈ ਉਹਨੂੰ ਤਾਜ਼ਾ ਕਰਨ ਵਾਸਤੇ ਫੋਨ ਕਰਕੇ ਗੱਲਬਾਤ ਕਰ ਸਕਦੇ ਹੋ। ਫਿਲਹਾਲ ਬ੍ਰੇਕ ਦੇਖਦੇ ਰਹੋ। ਜਸ ਪੰਜਾਬ ਜੀ, ਬ੍ਰੇਕ ਤੋਂ ਬਾਅਦ ਹਾਜ਼ਰ ਹੈ ਅਤੇ ਕਰਦੇ ਹਾਂ ਫਟਾਫਟ ਗੱਲਾਂ ਬਾਤਾਂ। ਪੁਰਾਣੀਆਂ ਗੱਲਾਂ ਬਾਤਾਂ ਚੱਲ ਰਹੀਆਂ ਨੇ, ਖਾਸ ਤੌਰ 'ਤੇ ਪੁਰਾਣੀ ਕਰੰਸੀ ਦੀ ਗੱਲ ਜਿਹੜੀ ਹੈਗੀ ਹੈ, ਔਰ ਆਉਣ ਵਾਲੇ ਸਮੇਂ 'ਚ ਕਰੰਸੀ ਦਾ ਕੀ ਹਾਲ ਹੋ ਸਕਦਾ ਉਹ ਵੀ ਆਪਾਂ ਨੂੰ ਸਾਫ਼ ਨਜ਼ਰ ਆ ਰਿਹਾ। ਜੇ ਤੇਲ ਜਿਹੜਾ 5 ਰੁਪਏ ਤੋਂ 85 'ਤੇ ਪਹੁੰਚ ਸਕਦਾ, ਅਤੇ ਬਾਕੀ ਵੀ ਜਿਹੜਾ ਸਾਰਾ ਕੁਝ ਕਿਤੇ ਦੇ ਕਿਤੇ ਪਹੁੰਚ ਸਕਦਾ ਆਉਣ ਵਾਲੇ 10-20 ਸਾਲਾਂ ਦੇ ਵਿੱਚ। ਹੈਲੋ, ਹੈਲੋ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਭਾਈ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ, ਬਹੁਤ ਬਹੁਤ। ਹਾਂਜੀ, ਕੀ ਕਹਿਣਾ ਚਾਹੁੰਦੇ? ਹਾਂਜੀ, ਉਹ ਬਸ ਜਦੋਂ ਤੁਸੀਂ ਕਿਹਾ ਨਾ, ਮਤਲਬ ਸ਼ੇਰ 16 ਆਨੇ ਤੇ 2 ਲੈਣਾ ਮੈਨੂੰ ਯਾਦ ਆ ਗਈਆਂ ਜੀ। ਤੇ ਜਿਹੜਾ ਅੱਗੇ ਰੁਪਈਆ ਹੁੰਦਾ ਸੀ ਨਾ, ਉਹ 16 ਆਨਿਆਂ ਦਾ ਹੁੰਦਾ ਸੀ ਰੁਪਈਆ। ਹਾਂਜੀ ਹਾਂਜੀ, 92 ਤੇ 98 ਤੇ ਫੇਰ ਰੁਪਈਆ, ਤੇ 40 ਸ਼ੇਰ ਦਾ ਮਾਣ ਹੁੰਦਾ ਸੀ। ਹੈਂ, 94 ਦੇ ਵਿੱਚ 1 ਪੈਸੇ ਦਾ ਫਰਕ ਪਾਤਾ, 6 × 24 ਪੈਸੇ ਬਣਦੇ ਆ, 25 ਕਰਤੇ। ਹਾਂਜੀ, ਫਿਰ 25 ਉਹ ਨਵਾਂ ਫਿਰ ਰੁਪਈਆ ਬਣ ਗਿਆ ਨਾ। 98 ਦੇ ਵਿੱਚ 2 ਦਾ ਪਾਤਾ, 8 × 48। ਹਾਂਜੀ, ਤੇ ਜਿਹੜੇ ਸ਼ੇਰ ਸੀਗੇ ਉਹ 40 ਸ਼ੇਰ ਦਾ ਮਣ ਹੁੰਦਾ ਸੀਗਾ, ਮਣ ਹੁੰਦਾ ਸੀ। ਹਾਂਜੀ, 40-40। ਹਾਂਜੀ, ਤੇ ਜਿਹੜਾ ਚੌਥਾ ਹਿੱਸਾ ਜਿਵੇਂ 250 ਗ੍ਰਾਮ ਹੁਣ, ਤੇ ਉਹਨੂੰ ਪਾਈਆ ਕਹਿੰਦੇ ਸੀ, ਅੱਧ ਸ਼ੇਰ ਕਹਿੰਦੇ ਸੀਗੇ। ਹਾਂਜੀ, ਤੇ ਸ਼ੇਰ ਵੱਟੇ ਹੁੰਦੇ ਸੀਗੇ ਆਪਣੇ ਘਰਾਂ ਦੇ ਵਿੱਚ, ਉਦੋਂ ਪਾਈਆ ਤੇ ਅੱਧਾ ਸ਼ੇਰ ਤੇ 1 ਸ਼ੇਰ ਦਾ ਵੱਟਾ ਹੁੰਦਾ ਸੀਗਾ, ਗੋਲ ਗੋਲ ਵੱਟੇ ਹੁੰਦੇ ਸੀਗੇ ਉਦੋਂ। ਇੱਕ ਕਹਿੰਦੇ ਹੁੰਦੇ ਧੜੀ ਧੜੀ ਦੀਆਂ ਗੱਲਾਂ ਕਰਦਾ, ਧੜੀ 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 ਕਿੰਨੇ, ਧੜੀ ਮਤਲਬ ਕਿ ਜਿਹੜਾ ਇੱਕ ਪਾਸੇ ਤੱਕੜੀ ਦੇ ਵਿੱਚ ਪਾਇਆ ਹੁੰਦਾ ਸੀ ਉਹਨੂੰ ਧੜੀ ਕਹਿੰਦੇ ਹੁੰਦੇ ਸੀਗੇ। 5 ਸ਼ੇਰ ਨੂੰ ਕਹਿੰਦੇ ਸੀ ਧੜੀ, 5 ਸ਼ੇਰ ਨੂੰ ਨਹੀਂ? ਅੱਛਾ, ਇਹਦਾ ਨੀ ਮੈਨੂੰ ਪਤਾ ਵੀ 5 ਸ਼ੇਰ ਨੂੰ ਕਹਿੰਦੇ ਸੀਗੇ। ਧੜੀ ਇੱਕ ਪਾਸੇ ਜਿਹੜਾ ਚੀਜ਼ ਪਾਈ ਹੁੰਦੀ ਆ, ਤੇ ਮੈਨੂੰ ਤਾਂ ਇਹ ਲੱਗਦਾ ਫੇਰ ਗਾਂ ਕੋਈ ਆਪਣਾ ਦਰਸ਼ਕ ਦੱਸ ਦੇਗਾ। ਤੇ ਉਹ ਜਿਹੜਾ ਤੁਸੀਂ ਕਹਿੰਦੇ ਸੀ ਵਹਿੰਗੀ, ਉਹ ਜਿਵੇਂ ਮਤਲਬ ਆਪਾਂ ਦੇਖਿਓ ਹੀ ਆ, ਜੋਗੀਆਂ ਦੇ ਨੀ 2 ਹੁੰਦਾ ਹੈਗਾ ਉੱਪਰ ਉਹ, ਤੇ ਇੱਕ ਇੱਧਰਲੇ ਪਾਸੇ ਇੱਕ ਇੱਧਰਲੇ ਪਾਸੇ, ਉਹ ਵਹਿੰਗੀ ਉਸ ਤਰ੍ਹਾਂ ਦੀ ਹੋਈ ਦੇਖੀ ਆ, ਮਤਲਬ ਜਿਵੇਂ ਕੋਈ ਫੋਟੋ ਹੀ ਦੇਖੀਆਂ ਆਪਾਂ, ਉਂਝ ਤੇ ਨਹੀਂ ਦੇਖੀਆਂ ਹੈਗੀਆਂ। ਵਹਿੰਗੀ ਜਿਹੜੀ ਸੀ ਇਹ ਵੀ ਸੀਗੀ, ਤੇ ਵਹਿੰਗੀ ਪਾਣੀ ਢੋਣ ਦੇ ਵਾਸਤੇ ਵੀ ਮੇਰੇ ਖਿਆਲ ਕੰਮ ਆਉਂਦੀ ਸੀ, ਘੜੇ ਰੱਖ ਕੇ ਘੜੇ ਬੰਨ ਲੈਣੇ ਉੱਪਰੋਂ, ਤੇ ਉਹਨੂੰ ਫਿਰ ਵਹਿੰਗੀ ਝੂਲਦੀ ਰਹਿੰਦੀ ਸੀ, ਜ਼ਿਆਦਾ ਥੋੜਾ ਮੋਢੇ ਤੇ ਰੱਖ ਕੇ ਉਹਨੂੰ ਮੇਰੇ ਖਿਆਲ ਲੈ ਕੇ ਜਾਂਦੇ। ਉਹ ਮਸ਼ਕ ਰਾਹੀਂ ਪਾਣੀ, ਸਾਡੇ ਨਾ ਨਾਲ ਹੀ ਖੂਹ ਸੀਗਾ ਘਰ ਦੇ, ਤੇ ਉੱਥੇ ਨਾ ਝਿਓਰ ਚੜ੍ਹਦੇ ਹੁੰਦੇ ਸੀਗੇ ਰੋਜ਼ ਹੀ। ਉਹਨਾਂ ਨੇ ਮਤਲਬ ਉਹ ਝੋਟਾ ਮੂਹਰੇ ਲਾਇਆ ਹੁੰਦਾ ਸੀਗਾ, ਤੇ ਫੇਰ ਨਾ ਉਹ ਖੂਹ ਦੇ ਆਲੇ ਦੁਆਲੇ ਨਾਲਾਂ ਟੂਟੀਆਂ ਵੀ ਲੱਗੀਆਂ ਹੋਈਆਂ ਸੀਗੀਆਂ, ਤੇ ਕਈ ਲੇਡੀਜ਼ ਇਹੋ ਜਿਹੀਆਂ ਹੁੰਦੀਆਂ ਸੀ ਵਿਚਾਰੀਆਂ, ਬਜ਼ੁਰਗ ਆ ਜਾਂ ਕੋਈ ਬੱਚਿਆਂ ਵਾਲੀ ਆ, ਤੇ ਉਹ ਨਾ ਘਰੇ ਪਾਣੀ ਪਵਾਉਂਦੇ ਹੁੰਦੇ ਸੀ, ਫਿਰ ਮਸ਼ਕ ਭਰ ਕੇ ਲੈ ਜਾਂਦੇ ਉਹ, ਤੇ ਉਹਨਾਂ ਦੇ ਪੀਪੇ ਪੂਪੇ ਜੋ ਤੌੜੇ ਤੂੜੇ ਹੁੰਦੇ ਸੀਗੇ ਪਾਣੀ, ਉਹਦੇ ਨਾਲ ਭਰੇ ਆਉਂਦੇ ਸੀਗੇ ਝਿਓਰ ਜਾ ਕੇ, ਤੇ ਉਹ 2 ਲੈਣਾ ਸੀਗੀ ਮੈਂ ਸੁਣਾ ਦਿਆਂ। ਹਾਂਜੀ ਜ਼ਰੂਰ। ਹਾਂਜੀ, ਇਹ ਜਵਾਨੀ ਢਾਈ ਦੇਣ ਦੀ ਪਰਾਉਣੀ ਨੀ, ਲੁੱਟ ਲੈ ਬਹਾਰਾਂ ਦੂਜੀ ਵਾਰ ਨਹੀਂ ਹੋਈ ਆਉਣੀ ਨੀ, ਸੱਚੀ 16 ਆਨੇ ਗੱਲ 40 ਸ਼ੇਰੀ,
ਸੱਚੀ ਸੋਲਾਂ ਆਨੇ ਗੱਲ ਚਾਲੀ ਸ਼ੇਰੀ ਨੀ ਆਸ਼ਕ ਦੁੱਖ ਦੇਣਗੇ ਜਦੋਂ ਟਲ ਗਈ ਜਵਾਨੀ ਤੇਰੀ ਨੀ ਆਸ਼ਕ ਦੁੱਖ ਦੇਣਗੇ। ਇਹ ਸਾਡੀ ਪਤਾ ਕੀ ਆ ਕਾਲਜ ਦੇ ਵਿੱਚ ਫਾਈਨਲ ਦੇ ਵਿੱਚ ਨਾ ਉਹ ਕੋਈ ਪਾਰਟੀ ਸੀਗੀ ਤੇ ਜਿਹੜੀ ਪਾਰਟੀ ਮਤਲਬ ਜਿਵੇਂ ਅਸੀਂ ਜਾ ਰਹੇ ਸੀਗੇ ਬੀ ਏ ਕਰਕੇ ਤੇ ਸਾਨੂੰ ਪਾਰਟੀ ਕੀਤੀ ਤੇ ਫੇਰ ਉਦੋਂ ਮਤਲਬ ਮੈਂ ਕੁੜੀ ਬਣੀ ਤੇ ਮੇਰੀ ਸਹੇਲੀ ਮੁੰਡਾ ਬਣੀ ਤੇ ਸਾਡੀਆਂ ਫੋਟੋ ਹੁਣ ਉਹਦੀ ਮੁੰਡੇ ਦੀ ਫੋਟੋ ਆ ਤੇ ਮੇਰੀ ਕੁੜੀ ਦੀ ਫੋਟੋ ਆ ਹੈ ਜੀ ਤੇ ਅਸੀਂ ਉਹ ਫੋਟੋ ਵੀ ਘਰੋਂ ਲੁਕੋਈਏ ਅਸੀਂ ਆਖ ਨਾਲੇ ਜਾਣਦੇ ਸੀਗੇ ਵੀ ਕਹਿਣਗੇ ਵੀ ਆਹ ਮੁੰਡਾ ਕਿਹੜਾ ਖੜਾ ਨਾ ਟਾਈਮ ਬਦਲ ਗਿਆ ਜੀ ਸਮਾਂ ਬਦਲ ਗਿਆ ਸਮੇਂ ਦੇ ਤੌਰ ਬਦਲੇ। ਹੈਲੋ ਹੈਲੋ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੱਗੀ ਜੀ ਮੈਂ ਗੁਰਦੇਵ ਢੀਂਡ ਸਾਹਿਬ ਬੋਲ ਰਿਹਾ ਲੋਸ ਐਂਜਲਸ ਤੋਂ ਹਾਂਜੀ ਪਹਿਲਾਂ ਤੇ ਦੋ ਚਾਰ ਲੈਣਾ ਤੁਹਾਡੇ ਜਲਵਿਆਂ ਤੇ ਜਿੰਨੀ ਲੋੜ ਹੈ ਸਾਨੂੰ ਜ਼ਿੰਦਗੀ ਚ ਫੁੱਲਾਂ ਦੀ ਵੀ ਜਿੰਨੀ ਲੋੜ ਹੈ ਜ਼ਿੰਦਗੀ ਚ ਫੁੱਲਾਂ ਦੀ ਵੀ ਓਨੀ ਹੈ ਲੋੜ ਸਾਨੂੰ ਕਿੱਕਰਾਂ ਦੀ ਵੇਖਦੇ ਰਹੀਏ ਜਲਵੇ ਜੱਗੀ ਦੇ ਇਸ ਵਿੱਚ ਆਵਾਜ਼ ਹੈ ਜੱਗੀ ਜਾਂ ਸੱਜਣਾ ਮਿੱਤਰਾਂ ਦੀ ਇਸ ਵਿੱਚ ਆਵਾਜ਼ ਹੈ ਜੱਗੀ ਜਾਂ ਸੱਜਣਾ ਮਿੱਤਰਾਂ ਦੀ ਹਾਂਜੀ ਤੇ ਬਾਅਦ ਵਿੱਚ ਮੈਂ ਜੱਗੀ ਜੀ ਇਹ ਕਹਿਣਾ ਚਾਹੁੰਦਾ ਜਿਹੜੇ ਆ ਪੁਰਾਣੇ ਸਿੱਕੇ ਆ ਦੀ ਗੱਲ ਹੋ ਰਹੀ ਆ ਜਦੋਂ ਦੀ ਮੈਂ ਹੋਸ਼ ਸੰਭਾਲੀ ਆ ਕੋਈ 1955-56 ਤੋਂ ਉਦੋਂ ਜਿਹੜੇ ਸਿੱਕੇ ਸੀ ਆਪਣੇ ਪੰਜਾਬ ਜਿਵੇਂ ਇੰਡੀਆ ਵਿੱਚ ਚੱਲ ਰਹੇ ਇਹ ਅੰਗਰੇਜ਼ਾਂ ਦੇ ਟਾਈਮ ਦੇ ਸੀਗੇ ਪਹਿਲਾਂ ਤਾਂ ਇਹਨਾਂ ਨੇ ਆਨੇ ਹੁੰਦੇ ਸੀਗੇ ਪਿੱਤਲ ਦੇ ਤਾਂ ਦਵਾਨੀਆਂ ਹੁੰਦੀਆਂ ਸੀ ਪਿੱਤਲ ਦੀਆਂ ਉਹ ਬੰਦ ਕੀਤੀਆਂ ਇਹਨਾਂ ਨੇ 56-57 'ਚ ਫਿਰ ਹਾਂਜੀ ਉਹ ਉਹਨਾਂ ਨੇ 55-56 ਬੰਦ ਕਰਤੇ ਸੀ ਫਿਰ 57-58 ਤਾਈਂ ਉਹ ਸਿਲਵਰ ਦੀਆਂ ਆਨੇ ਦਵਾਨੇ ਚੱਲਦੀਆਂ ਰਹੀਆਂ ਫਿਰ ਨਵੀਂ ਕਰੰਸੀ ਆਈ ਇੰਡੀਆ ਦੀ ਜਿਸ 'ਚ 100 ਪੈਸਾ ਕੀਤਾ ਨੇ ਰੁਪਈਏ 'ਚ 1958 ਦੇ 58 ਦੀ ਗੱਲ ਆ ਜੋ ਨਿੱਕਾ ਪੈਸਾ ਨੂੰ ਕਹਿੰਦੇ ਹੁੰਦੇ ਸੀ ਨਵਾਂ ਨਿੱਕਾ ਪੈਸਾ ਤੇ ਮੈਂ ਆਪਣੇ ਪਿੰਡ ਹੱਟੀ ਤੇ ਲੈ ਕੇ ਗਿਆ ਉਹ ਹੱਟੀ ਵਾਲਾ ਪੈਸਾ ਨਾ ਲਵੇ ਕਹਿੰਦਾ ਕਾਕਾ ਮੈਨੂੰ ਤੂੰ ਇਹ ਦੱਸਦਾ ਇਹ ਪੈਸਾ ਮੈਂ ਤਾਂ ਕਦੇ ਦੇਖਿਆ ਨਹੀਂ ਜੀ ਜੀ ਟੀਕਸਰ ਸਾਹਿਬ ਪ੍ਰੋਗਰਾਮ ਜਿਹੜਾ ਆਪਣਾ ਮੈਂ ਦੁਬਾਰਾ ਜ਼ਰੂਰ ਮੈਂ ਤੁਹਾਨੂੰ ਕਾਲ ਕਰਕੇ ਨੰਬਰ ਨੋਟ ਕਰਨਾ ਦੁਬਾਰਾ ਜ਼ਰੂਰ ਤੁਹਾਡੇ ਨਾਲ ਗੱਲਬਾਤ ਕਰਾਂਗੇ ਬਹੁਤ ਇੰਟਰਸਟਿੰਗ ਗੱਲਾਂ ਤੁਹਾਡੀਆਂ ਹੁਣ ਜਿਹੜਾ ਹੈਗਾ ਪ੍ਰੋਗਰਾਮ ਦਾ ਸਮਾਂ ਹੀ ਖਤਮ ਕਰਨਾ ਪੈਣਾ ਮੈਨੂੰ ਕਿਉਂਕਿ ਐਡਾਂ ਜਿਹੜੀਆਂ ਬ੍ਰੇਕ ਦੇ ਵਿੱਚ ਚੱਲਣੀਆਂ ਹੁੰਦੀਆਂ ਉਹ ਹੁਣ ਚੱਲਣਗੀਆਂ ਅਤੇ ਸੋ ਮੈਂ ਪ੍ਰੋਗਰਾਮ ਇੱਥੇ ਹੀ ਸਮਾਪਤ ਕਰਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਤੇ ਤੁਸੀਂ ਦੇਖਦੇ ਰਹੋ ਜਸ ਪੰਜਾਬੀ ਮੈਨੂੰ ਦਿਓ ਆ ਗਿਆ ਸਾਰਿਆਂ ਨੂੰ ਪਿਆਰ ਭਰੇ ਸਤਿ ਸ਼੍ਰੀ ਅਕਾਲ ਖੁਸ਼ ਰਹੋ ਖੁਸ਼ ਰੱਖੋ ਰੱਬ ਰੱਖਾ ਜੀਵੇ ਪੰਜਾਬ ਜੀਵੇ ਪੰਜਾਬੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ।